ਕੇ ਤਿਲਕ ਤੇ ਜੰਜੂ ਦੇ ਰਾਖੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਦੇ ਪਾਤਰ ਬਣਦੇ ਦਯਾਨਿਧ ਸਵਾਮੀ ਗੁਰੂ ਕਲਗੀਧਰ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੇ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ। ਸਤਿਗੁਰੂ ਜੀ ਬਠਿੰਡੇ ਦੇ ਕਿਲੇ ਵਿੱਚ ਆਏ ਨੇ। ਬੰਗੇਹਰ ਪਿੰਡ ਤੋਂ ਇੱਕ ਝੋਟਾ ਮੰਗਾ ਕੇ ਗੁਰਦੇਵ ਨੇ ਚੋਜ ਵਰਤਿਆ। ਭਾਈ ਮਲਾਗਰ ਸਿੰਘ ਨੂੰ ਹੁਕਮ ਕੀਤਾ ਕਿ ਇਹਨੂੰ ਤਲਵਾਰ ਨਾਲ ਝਟਕੋ। ਭਾਈ ਮਲਾਗਰ ਸਿੰਘ ਜੀ ਨੇ ਗੁਰੂ ਆਗਿਆ ਪ੍ਰਾਪਤ ਕਰਕੇ ਤਲਵਾਰ ਨਾਲ ਉਸ ਝੋਟੇ ਨੂੰ ਝਟਕਿਆ ਹੈ। ਫਿਰ ਸਾਹਿਬ ਨੇ ਬਚਨ ਕੀਤਾ ਕੋਈ ਇੱਕੋ ਸਿੰਘ ਆਵੇ ਜਿਹੜਾ ਇਹਨੂੰ ਚੁੱਕ ਕੇ ਕਿਲੇ ਦੀ ਕੰਧ ਤੋਂ ਥੱਲੇ ਜ਼ਮੀਨ 'ਤੇ ਸੁੱਟੇ। ਤਾਂ ਭਾਈ ਗੋਦੜੀਆ ਸਿੰਘ ਜੀ ਨੇ ਸਤ ਬਚਨ ਕੀਤਾ ਅਤੇ ਉਹ ਝੋਟੇ ਦਾ ਸਰੀਰ ਕਿਤਨੇ ਵਜਨ ਵਾਲਾ ਸੀ ਉਹ ਚੁੱਕ ਕੇ ਕਿਲੇ ਦੀ ਕੰਧ ਦੇ ਉੱਤੋਂ ਦੀ ਵਗਾ ਕੇ ਥੱਲੇ ਜ਼ਮੀਨ 'ਤੇ ਸੁੱਟੇ। ਇਹਨੇ ਨੂੰ ਇਸੇ ਕਿਲੇ ਦਾ ਜਿਹੜਾ ਦਿਓ ਸੀ ਕਾਣਾ ਦਿਓ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰ ਹੋਇਆ। ਕਹਿਣ ਲੱਗਾ ਮਹਾਰਾਜ ਪਹਿਲਾਂ ਗੋਇੰਦਵਾਲ ਸਾਹਿਬ 'ਚੋਂ ਕੱਢਿਆ ਸੀ ਵੱਡਿਆਂ ਸਤਿਗੁਰਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਨੇ ਤਕਰੀਬਨ ਪਿਛਲੇ 100 ਸਾਲ ਤੋਂ ਇੱਥੇ ਵੱਸ ਰਿਹਾ ਹੁਣ ਅਸੀਂ ਕਿੱਥੇ ਜਾਈਏ। ਸਤਿਗੁਰੂ ਜੀ ਨੇ ਬਚਨ ਕੀਤਾ ਹੁਣ ਇਹ ਜੰਗਲ ਨਹੀਂ ਸਾਡਾ ਮਾਲਵਾ ਹੈ ਗੁਰੂ ਕਾ ਮਾਲਵਾ ਹੈ ਇਹ ਤਾਂ ਹੁਣ ਤੈਨੂੰ ਛੱਡ ਕੇ ਜਾਣਾ ਪਏਗਾ। ਤੂੰ ਹੁਣ ਜਾ ਕੇ ਸਰਹੰਦ ਨਗਰੀ ਗੁਰੂ ਮਾਰੀ ਸਰਹੰਦ ਨਗਰੀ 'ਚ ਵੱਸ ਅਤੇ ਉਹਦੀਆਂ ਜੜ੍ਹਾਂ ਪੁੱਟ ਕੇ ਸਤਲੁਜ ਦਰਿਆ 'ਚ ਸੁੱਟ। ਕਹਿਣ ਲੱਗਾ ਮਹਾਰਾਜ ਅੱਜ ਮੈਂ ਭੁੱਖਾ ਹਾਂ ਖਾਣੇ ਦਾ ਪ੍ਰਬੰਧ ਨਹੀਂ ਹੋ ਸਕਿਆ। ਸਤਿਗੁਰਾਂ ਆਖਿਆ ਰਸਤੇ ਵਿੱਚ ਮਨਸੂਰਪੁਰ ਨਗਰ ਆਵੇਗਾ ਉੱਥੇ ਆਪਣਾ ਟਿਕਾਣਾ ਕਰਕੇ ਫਿਰ ਸਰਹੰਦ ਸ਼ਾਮ ਤੱਕ ਚਲਾ ਜਾਏ। ਨਾਭੇ ਹਲਕੇ ਦੇ ਵਿੱਚ ਹੀ ਉਹ ਨਗਰ ਹੈ ਮਨਸੂਰਪੁਰ। ਅੱਜ ਕੱਲ੍ਹ ਉਸ ਨਗਰ ਨੂੰ ਛੀਟਾਂ ਵਾਲੇ ਕਿਹਾ ਜਾਂਦਾ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਇਤਿਹਾਸਕ ਸਥਾਨ ਹੈ ਉਸ ਨਗਰ ਵਿੱਚ। ਉੱਥੋਂ ਇਹਨੇ ਕੁਝ ਸਮਾਂ ਦੁਪਹਿਰਾ ਕੱਟ ਕੇ ਫਿਰ ਸਰਹੰਦ ਜਾ ਕੇ ਨਿਵਾਸ ਕੀਤਾ। ਰਾਤ ਦਾ ਸਮਾਂ ਹੋ ਚੁੱਕਾ ਸੀ ਗੁਰਦੇਵ ਨੇ ਕਿਲੇ ਦੇ ਵਿੱਚ ਹੀ ਆਪਣਾ ਡੇਰਾ ਕੀਤਾ। ਇੱਕ ਕਿਲੇ ਦੇ ਲਾਗੇ ਬਾਹਰ ਸਤਿਗੁਰਾਂ ਦਾ ਸਥਾਨ ਹਾਜੀ ਰਤਨ ਹੈ, ਦੂਸਰਾ ਇਹ ਸਥਾਨ ਮਹਾਰਾਜ ਜੀ ਦਾ ਕਿਲੇ ਦੇ ਅੰਦਰ ਹੈ ਕਲਗੀਧਰ ਜੀ ਦਾ। ਹੁਣ ਜੋ ਗੁਰੂ ਧਾਮ ਨੇ ਗੁਰੂ ਸੋਹਣੇ ਸਥਾਨ ਨੇ, ਬੜਾ ਪੁਰਾਣਾ ਨਗਰ ਇਹ ਬਠਿੰਡਾ ਵਸਿਆ ਹੋਇਆ। ਰਾਜੇ ਬਿਨੈਪਾਲ ਨੇ ਇਸ ਨਗਰ ਨੂੰ ਬਣਾ ਕੇ ਇਹਦੇ ਵਿੱਚ ਕਿਲੇ ਦੀ ਉਸਾਰੀ ਕੀਤੀ ਸੀ। ਆਓ ਮਨ ਬਿਰਤੀਆਂ ਇਕਾਗਰ ਕਰਕੇ ਕਲਗੀਧਰ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਬਠਿੰਡੇ ਦੇ ਕਿਲੇ ਦੇ ਵਿੱਚ ਸਤਿਗੁਰਾਂ ਦਾ ਡੇਰਾ, ਰਾਤ ਦਾ ਸਮਾਂ ਹੈ। ਉਸ ਵੇਲੇ ਸ਼ਾਮ ਦੇ ਸਮੇਂ ਰਾਤ ਦੇ ਸਮੇਂ ਰਾਤ ਦਾ ਪਹਿਲਾ ਪਹਿਰ ਹੁੰਦਾ ਹੈ। ਉਹ ਇੱਕ ਘਟਨਾ ਵੀ ਘਟ ਰਹੀ ਹੈ। ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਕਲਗੀਧਰ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਓ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਖਾਨ ਪਾਨ ਕਰ ਰਾਤ ਕੋ ਥਿਰ ਪ੍ਰਿਅੰਕ ਪਰ ਸੋਏ। ਖਾਨ ਪਾਨ ਕਰਕੇ ਰਾਤ ਦੇ ਸਮੇਂ
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਪਲੰਘੇ ਤੇ ਬਿਰਾਜੇ ਹਨ। ਉਤਰੇ ਤਰੇ ਸੋ ਦੁਰਗ ਕੇ ਹੁਤੇ ਵਪਾਰੀ ਕੋਏ। ਕਿਲੇ ਦੇ ਵਿੱਚ ਉੱਚੇ ਥਾਂ ਤੇ ਸਤਿਗੁਰਾਂ ਦਾ ਡੇਰਾ ਸੀ ਤੇ ਕਿਲੇ ਦੇ ਬਾਰ ਬਾਰ ਕੰਧ ਦੇ ਨਾਲ ਹੀ ਕੁਝ ਵਪਾਰੀ ਸਨ। ਵਪਾਰ ਕਰਨ ਵਾਲੇ ਉਹ ਉਤਰੇ ਹੋਏ ਸੀ, ਜਿਵੇਂ ਟਾਂਡਾ ਚੱਲਦਾ ਹੁੰਦਾ ਨਾ ਵਪਾਰੀਆਂ ਦਾ, ਤੇ ਉਹ ਵਪਾਰੀਆਂ ਦਾ ਇੱਕ ਟਾਂਡਾ ਸੀ ਤੇ ਉਹ ਉਤਰੇ ਹੋਏ ਸਨ ਕਿਲੇ ਦੇ ਬਾਹਰ ਕੰਧ ਦੇ ਨਾਲ। ਉੱਥੇ ਨਾਲ ਹੀ ਉੱਪਰਲੇ ਪਾਸੇ ਕਿਲੇ ਵਿੱਚ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬਿਰਾਜਮਾਨ ਹਨ। ਰਾਤ ਦਾ ਜਿਵੇਂ ਕੋਈ 8-9 ਵਜੇ ਦਾ ਸਮਾਂ ਹੋਵੇਗਾ। ਚੌਪਾਈ ਤਿੰਨ ਸੱਸੀ ਪੁੰਨੂ ਕੋ ਗਾਇਓ। ਉਹ ਜਿਹੜੇ ਵਪਾਰੀ ਬਾਹਰ ਉਤਰੇ ਹੋਏ ਸੀ, ਉਹ ਵਪਾਰੀ ਜਿਵੇਂ ਲੋਕ ਗੀਤ ਹੁੰਦੇ ਨੇ ਉਹ ਲੋਕ ਗੀਤ ਗਾ ਰਹੇ ਸੀ। ਲੋਕ ਗੀਤ ਉਹ ਹੁੰਦੇ ਆ ਜਿਹੜੇ ਲੋਕਾਂ ਵਿੱਚ ਆਮ ਪ੍ਰਚਲਿਤ ਹੁੰਦੇ ਨੇ। ਉਹ ਲੋਕ ਗੀਤਾਂ ਦੇ ਵਿੱਚ ਇੱਕ ਗੀਤ ਸੱਸੀ ਪੁੰਨੂ ਦੀ ਜਿਹੜੀ ਪ੍ਰੀਤ ਸੀ ਉਹਦੇ ਸੰਬੰਧ ਦੇ ਵਿੱਚ ਕੋਈ ਲੋਕ ਗੀਤ ਸੀ, ਉਹ ਵਪਾਰੀ ਗਾ ਰਹੇ ਨੇ ਥੱਲੇ ਕਿਲੇ ਦੇ ਬਾਹਰ ਬਾਹਰ। ਰਾਤ ਦਾ ਸਮਾਂ 8-9 ਵਜੇ ਸ਼ਾਂਤੀ ਜੀ ਹੁੰਦੀ ਹੈ ਅਤੇ ਥੋੜ੍ਹੀ ਆਵਾਜ਼ ਵਿੱਚ ਵੀ ਕੋਈ ਗਾਵੇ ਤਾਂ ਵੀ ਦੂਰ ਤੱਕ ਆਵਾਜ਼ ਜਾਂਦੀ ਹੈ। ਫਿਰ ਕਲਗੀਧਰ ਜੀ ਬਿਲਕੁਲ ਕਿਲੇ ਦੇ ਉੱਤੇ ਸਨ ਅੰਦਰ, ਬਾਹਰ ਨਾਲੇ ਥਲੜੇ ਪਾਸੇ ਉਤਰੇ ਹੋਏ ਸੀ, ਕੋਈ ਜ਼ਿਆਦਾ ਫਰਕ ਨਹੀਂ ਸੀ। ਇਹ ਗਾ ਰਹੇ ਨੇ ਸੱਸੀ ਪੁੰਨੂ ਦਾ ਕੋਈ ਲੋਕ ਗੀਤ ਹੈ, ਉਹ ਬੜੇ ਪਿਆਰ ਨਾਲ ਰੀਝ ਰੀਝ ਕੇ ਗਾ ਰਹੇ ਨੇ। ਬਾਰ ਬਾਰ ਕਰ ਰਾਗ ਵਸਾਇਓ। ਕਈ ਤਰ੍ਹਾਂ ਦੇ ਜਿਹੜੇ ਰਾਗ ਹੁੰਦੇ ਨੇ ਉਸ ਵੇਲੇ ਦੇ, ਉਹਨਾਂ ਰਾਗਾਂ ਦੇ ਵਿੱਚ ਕਿਉਂਕਿ ਗਵਈਏ ਹੋਣਗੇ ਕੋਈ ਚੰਗੇ ਤਾਂ ਹੀ ਗਾ ਰਹੇ ਨੇ, ਅਤੇ ਬੜੇ ਸੋਹਣੇ ਰਾਗਾਂ ਦਾ ਮਿਸ਼ਰਣ ਕਰ ਕਰਕੇ ਵੱਖੋ ਵੱਖਰੇ ਰਾਗਾਂ ਦੇ ਵਿੱਚ ਤਾਨਾ ਮਿਲਾ ਮਿਲਾ ਕੇ ਉਹਨਾਂ ਦੀਆਂ ਜਿਹੜੀਆਂ ਸੁਰਾਂ ਨੇ ਉਹ ਇਹ ਗਾਇਨ ਕਰਦੇ ਹਨ। ਰਾਤ ਵਿਖੈ ਰਸ ਕੋ ਬਹੁ ਕੀਨ। ਗੱਲ ਕੀ ਵੀ ਪੂਰਾ ਰਸ ਬਣਾਇਆ ਇਹਨਾਂ ਨੇ, ਗਾਇਆ ਬੜਾ ਸੋਹਣਾ ਅਤੇ ਬੜੇ ਬੜੇ ਸੋਹਣੇ ਰਾਗ ਗਾਏ, ਆਵਾਜ਼ ਬੜੀ ਪਿਆਰੀ ਸੀ, ਤਾਨਾ ਗਾਉਂਦੇ ਨੇ ਅਤੇ ਬੜਾ ਸੋਹਣਾ ਰੰਗ ਬੰਨਿਆ ਇਹਨਾਂ ਨੇ। ਰਾਤ ਨੂੰ 8-9 ਵਜੇ ਦਾ ਸਮਾਂ ਸੀ, ਇਹਨਾਂ ਨੂੰ ਨਹੀਂ ਪਤਾ ਵੀ ਅੰਦਰ ਕਲਗੀਧਰ ਜੀ ਉੱਤਰੇ ਨੇ ਉੱਤੇ ਉਹ ਸੁਣ ਰਹੇ ਨੇ। ਇਹ ਆਪਣੀ ਮੌਜ ਵਿੱਚ ਜਿਵੇਂ ਬੇਪਰਵਾਹੀ ਦੇ ਰੰਗ ਦੇ ਵਿੱਚ ਗਾ ਰਹੇ ਸਨ। ਥਿਰ ਪ੍ਰਿਅੰਕ ਸੁਣ ਗੁਰੂ ਪ੍ਰਵੀਨ। ਕਲਗੀਧਰ ਜੀ ਪਲੰਘੇ ਤੇ ਬਿਰਾਜੇ ਹੋਏ ਸੀ ਪਾਤਸ਼ਾਹ, ਅਤੇ ਮਹਾਰਾਜ ਜੀ ਵੀ ਬੜੇ ਪਿਆਰ ਨਾਲ ਸੁਣ ਰਹੇ ਨੇ। ਇਹ ਥੱਲੇ ਗਾ ਰਹੇ ਸੀ ਅਤੇ ਸਤਿਗੁਰੂ ਜੀ ਸੁਣ ਰਹੇ ਨੇ। ਗੁਰੂ ਪਾਤਸ਼ਾਹ ਜੀ ਸੰਗੀਤ ਦੇ ਆਪ ਬੜੇ ਵੱਡੇ ਮਹਾਨ ਧਨੀ ਨੇ। ਧਨੀ ਕਹਿ ਲਈਏ ਜਾਂ ਤਾਂ ਇੱਦਾਂ ਕਹਿ ਲਈਏ ਕਿ ਸੰਗੀਤ ਨੂੰ ਪੈਦਾ ਕਰਨ ਵਾਲੇ ਸੰਗੀਤ ਦੇ ਮਾਲਕ ਨੇ ਕਲਗੀਧਰ। ਤੋਂ ਜਦੋਂ ਇਹ ਗਾ ਰਹੇ ਸਨ ਬੜੇ ਸੋਹਣੇ ਰੰਗ ਦੇ ਵਿੱਚ ਅਤੇ ਸਤਿਗੁਰੂ ਜੀ ਵੀ ਸੁਣ ਰਹੇ ਨੇ, ਇਹਨਾਂ ਦੀਆਂ ਤਾਨਾਂ ਸੁਣਦੇ ਨੇ, ਇਹਨਾਂ ਦੇ ਰਾਗਾਂ ਨੂੰ ਸੁਣਦੇ ਨੇ। ਚਿਰੰਕਾਲ ਲਗ ਗਾਵਤ ਰਹੇ ਹੋ। ਵਾਹਵਾ ਘੰਟਾ ਡੇਢ ਘੰਟਾ 2 ਘੰਟੇ ਗਾਉਂਦੇ ਰਹੇ ਲਗਾਤਾਰ, ਬੜਾ ਸੋਹਣਾ ਗਾਇਆ ਇਹਨਾਂ ਨੇ। ਟਾਂਡਿਆਂ ਦੇ ਵਿੱਚ ਅਕਸਰ ਜਦੋਂ ਇਹ ਵਪਾਰੀ ਜਾਂਦੇ ਸਨ ਅਤੇ ਇੱਦਾਂ ਦੇ ਗਾਇਨ ਵਾਦਨ ਕਰਨ ਵਾਲੇ ਮਨੋਰੰਜਨ ਕਰਨ ਵਾਲੇ ਇਹਨਾਂ ਦੇ ਨਾਲ ਹੁੰਦੇ ਸੀ, ਤੋ ਗਾ ਰਹੇ ਨੇ ਬੜੇ ਸੋਹਣੇ ਢੰਗ ਦੇ ਨਾਲ। ਵਾਹਵਾ ਕਹਿੰਦੇ ਘੰਟਾ ਡੇਢ ਘੰਟਾ 2 ਘੰਟੇ ਲੰਮੇ ਸਮੇਂ ਤੱਕ ਗਾਉਂਦੇ ਰਹੇ। ਸਭਨ ਸੁਣਿਓ ਆਛੇ ਮਨ ਲਹਿਓ। ਸਤਿਗੁਰੂ ਜੀ ਵੀ ਸੁਣਦੇ ਰਹੇ, ਜਿਹੜੇ ਬਾਕੀ ਸਿੰਘ ਉਤਰੇ ਹੋਏ ਸੀ ਉਹ ਵੀ ਸੁਣਦੇ ਰਹੇ। ਸਭ ਨੇ ਬੜਾ ਆਨੰਦ ਮਾਣਿਆ ਵੀ ਵਾਕਈ ਸੋਹਣਾ ਗਾਇਆ, ਲੋਕ ਗੀਤ ਗਾਏ ਹਨ। ਸੁਪਤ ਜਥਾ ਸੁਖ ਰਾਤ ਬਿਤਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜ ਗਏ, ਇਹ ਵੀ ਗਾਉਂਦਿਆਂ ਕੁਝ ਸਮੇਂ ਬਾਅਦ ਚੁੱਪ ਕਰ ਗਏ। ਤੋ ਗੁਰਦੇਵ ਜੀ ਆਪਣਿਆਂ ਸੁਖਾਸਣਾ ਤੇ ਸੁਖ ਲੈ ਕੇ ਰਾਤ ਬਤੀਤ ਕੀਤੀ। ਜਾਗੇ ਪ੍ਰਭੂ ਪ੍ਰਾਤ ਹੋਏ ਆਈ। ਅੰਮ੍ਰਿਤ ਵੇਲਾ ਹੋਇਆ, ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਤਿਆਰ ਬਰ ਤਿਆਰ ਹੋਏ। ਸੋਚ ਇਸ਼ਨਾਨ ਦੀਵਾਨ ਲਗਾਇਓ। ਗੁਰਦੇਵ ਨੇ ਸੋਚ ਇਸ਼ਨਾਨ ਕੀਤਾ, ਦੀਵਾਨ ਸਜਾਇਆ। ਪੂਜਿਓ ਗੁਰੂ ਰਾਤ ਕਿਨ ਗਾਇਓ। ਜਦੋਂ ਦਿਨ ਚੜ ਗਿਆ ਨਾ ਲੋ ਲੱਗ ਗਈ, ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੋ ਗਈ। ਤੋ ਮਹਾਰਾਜ ਜੀ ਨੇ ਪੁੱਛਿਆ ਬਈ ਜਿਹੜੇ ਆ ਰਾਤ ਨੂੰ ਵੇਖੋ ਬਾਹਰ ਜਾ ਕੇ ਵੀ ਕੌਣ ਗਾਉਂਦੇ ਸੀ, ਉਹ ਜਿਹੜੇ ਗਵਈਏ ਉਤਰੇ ਹੋਏ ਨੇ ਕਿਲੇ ਦੇ ਬਾਹਰ।
वेखो कौन ने जेड़े गा रहे सी राती सिंह ने कहो लाद को ल्याए सिंह ने बेनती कीती महाराज जी कुछ व्यापारी ने ओ कुछ लाद के ल्याए हुए ने उष्टर ब्रिंद संग तिन गाए महाराज जी उना दे नाल ऊंट ने ते ऊंठा दे उत्ते उना ने समान लद्या होया कोई व्यापारी ने ओ व्यापारी महाराज कुछ लद के लियाए ने ओ उतरे हुए ने बाहर किले दे कोल जाए बुलावो ल्यावो ताहे पातशाह ने बचन कीता सिंघां नू हुक्म कीता भी जाओ जेडे राती गाउंदे सी ना उना नू साडे कोल सद के लियाओ बुला के साडे दवान च एदा सतगुरु जी ने सिंह भेजे हुक्म करके सुन कर दास गयो तिन पाहे सतगुरु जी दा हुक्म सुन के महाराज जी दा सेवादार उना व्यापारियां दे कोल गया गुरु हकार है चल सो आयो जाके आख्या भाई जेडे तुहाडे चो रात गाउंदे सी उना नू सतगुरु जी ने बुलाया ते आप जी चलो ए सुन के ओ चल के सतगुरु जी दे कोल आए दर्शन करते शीस निवायो सतगुरु जी दे दर्शन करके महाराज जी दे चरणा विच इन्हां ने बड़े प्यार नाल मत्था टेकिया श्री प्रभ पन्हा रात जिम गावत महाराज जी बोले कहंदे हां भई रात बड़ा सोहना गाउंदे सी ਜਿਵੇਂ ਤੁਸੀਂ ਰਾਤ ਗਾ ਰਹੇ ਸੀ ਸੱਸੀ ਪੁੰਨੂ ਰਾਗ ਬਸਾਵਤ ਤੇ ਸੱਸੀ ਪੁੰਨੂ ਦਾ ਜਿਹੜਾ ਲੋਕ ਗੀਤ ਆ ਬੜੇ ਸੋਹਣੇ ਰਾਗਾਂ ਦੇ ਵਿੱਚ ਮਿਲਾ ਕੇ ਤੁਸੀਂ ਗਾ ਰਹੇ ਸੀ ਬੈਠ ਇਹਾਂ ਅਬ ਗਾਵਨ ਕਰੋ ਏਦਾਂ ਕਰੋ ਵੀ ਸਾਡੇ ਕੋਲ ਬਹਿ ਕੇ ਹੁਣ ਜਿਵੇਂ ਤੁਸੀਂ ਰਾਤ ਗਾਉਂਦੇ ਸੀ ਹੁਣ ਫਿਰ ਗਾਓ ਜੋ ਰਾਤੀ ਗਾ ਰਹੇ ਸੀ ਲੋਕ ਗੀਤ ਸੱਸੀ ਪੁੰਨੂ ਦਾ ਉਹ ਹੁਣ ਸਾਡੀ ਸਭਾ ਦੇ ਵਿੱਚ ਬੈਠ ਕੇ ਸਾਡੇ ਸਨਮੁਖ ਗਾਵੋ ਤਿਸੀ ਪ੍ਰਕਾਰ ਅਧਿਕ ਰਸ ਧਰੋ ਜਿਵੇਂ ਰਾਤ ਬੜਾ ਰੰਗ ਬੱਝਾ ਸੀ ਨਾ ਬੜਾ ਪਿਆਰ ਨਾਲ ਗਾ ਰਹੇ ਸੀ ਪਾਤਸ਼ਾਹ ਕਹਿੰਦੇ ਵੇਖਿਓ ਓਦਾਂ ਹੀ ਗਾਇਓ ਜਿਵੇਂ ਰਾਤ ਗਾਇਆ ਸੀ ਉਹਦੇ ਨਾਲ ਉਹ ਦੋ ਰੱਤੀਆਂ ਵੱਧ ਰਸ ਭਰਿਓ ਕਲਗੀਧਰ ਪਾਤਸ਼ਾਹ ਕਹਿੰਦੇ ਚੰਗੀ ਤਰ੍ਹਾਂ ਆਹ ਸੋਹਣੀਆਂ ਤਾਨਾਂ ਲਾ ਕੇ ਅਸੀਂ ਵੇਖੀਏ ਤੁਹਾਡੇ 'ਚ ਕਿਹੜਾ ਗੁਣੀ ਹੈ ਤੇ ਕਿਹੜਾ ਕਿਹੜੀ ਤਾਨ ਲਾਉਂਦਾ ਕਿਹੜਾ ਕਿਹੜਾ ਰਾਗ ਗਾਉਂਦਾ ਤੇ ਸਾਡੇ ਸਨਮੁਖ ਬਹਿ ਕੇ ਗਾਓ ਅਸੀਂ ਸੁਣੀਏ ਸੁਣ ਕਰ ਜੋਰਤ ਬੋਲਿਓ ਸੋਏ ਸੁਣ ਕੇ ਉਹ ਜਿਹੜੇ ਗਵਈਏ ਸੀ ਵਪਾਰੀਆਂ ਦੇ ਨਾਲ ਉਹ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਕਹਿਣ ਲੱਗੇ ਅਬ ਤੋ ਗਾਇਓ ਜਾਏ ਨਾ ਕੋਏ ਕਹਿਣ ਲੱਗੇ ਮਹਾਰਾਜ ਹੁਣ ਤੁਹਾਡੇ ਸਾਹਮਣੇ ਨੀ ਸਾਡੇ ਕੋਲੋਂ ਗਾ ਆਉਣਾ ਹੁਣ ਤਾਂ ਨੀ ਮਹਾਰਾਜ ਜੀ ਤੁਹਾਡੇ ਸਾਹਮਣੇ ਸਾਡੇ ਕੋਲੋਂ ਗਾ ਹੋਣਾ ਲਾਜ ਆਪ ਤੇ ਮੁਝ ਕੋ ਆਵੇ ਮਹਾਰਾਜ ਜੀ ਤੁਹਾਡੇ ਤੋਂ ਸਾਨੂੰ ਲਾਜ ਆਉਂਦੀ ਜਿਹੜਾ ਉਹ ਗਵਈਆ ਸੀ ਨਾ ਕਹਿੰਦਾ ਮਹਾਰਾਜ ਮੈਨੂੰ ਲਾਜ ਆਉਂਦੀ ਆ ਤੁਹਾਡੇ ਸਾਹਮਣੇ ਉਹ ਰਾਤ ਤਾਂ ਮੈਨੂੰ ਪਤਾ ਹੀ ਨਹੀਂ ਸੀ ਵੀ ਤੁਸੀਂ ਇੱਥੇ ਹੋ ਮਹਾਰਾਜ ਉਹਦਾ ਮੈਂ ਆਪਣੇ ਰੰਗ ਵਿੱਚ ਬੇਪਰਵਾਹੀ ਦੀ ਮੌਜ ਵਿੱਚ ਗਾ ਰਿਹਾ ਸਾਂ ਤੇ ਹੁਣ ਮਹਾਰਾਜ ਤੁਹਾਡੇ ਸਾਹਮਣੇ ਬਹਿ ਕੇ ਗਾਉਂਦਿਆਂ ਮੈਨੂੰ ਲਾਜ ਆਉਂਦੀ ਆ ਸ਼ਰਮ ਆਉਂਦੀ ਆ ਕਿਵੇਂ ਗਾਵਾਂ ਸਮੁਖ ਬੋਲ ਬੋਨਾਹਿਨ ਪਾਵੈ ਮਹਾਰਾਜ ਮੈਨੂੰ ਨਹੀਂ ਪਾਉਂਦਾ ਤੁਹਾਡੇ ਸਾਹਮਣੇ ਗਾਵਾਂ ਉੱਚੀ ਆਵਾਜ਼ ਵਿੱਚ ਤੁਸੀਂ ਏਡੇ ਵੱਡੇ ਮਹਾਨ ਸੰਗੀਤ ਦੇ ਮਾਲਕ ਹੋ ਤੇ ਮੈਂ ਤੁਹਾਡੇ ਸਾਹਮਣੇ ਕੀ ਗਾਵਾਂ ਮਹਾਰਾਜ ਹੁਣ ਨਹੀਂ ਮੈਂ ਗਾ ਸਕਣਾ ਮੇਰੇ 'ਚ ਉਹ ਤਾਕਤ ਨਹੀਂ ਵੀ ਮੇਰੇ ਕੋਲੋਂ ਬਲ ਨਹੀਂ ਕਿ ਮੈਂ ਤੁਹਾਡੇ ਸਾਹਮਣੇ ਗਾਵਾਂ ਮਹਾਰਾਜ ਜੀ ਮੈਂ ਕਿਵੇਂ ਗਾਵਾਂ ਮੈਨੂੰ ਤਾਂ ਲਾਜ ਆਉਂਦੀ ਹੈ ਹਾਂਜੀ ਤਬ ਗੁਰ ਦਈ ਕਨਾਤ ਤਨਾਏ ਮਹਾਰਾਜ ਜੀ ਕਹਿੰਦੇ ਤੈਨੂੰ ਰਾਤ ਵਾਲਾ ਹੀ ਮਾਹੌਲ ਬਣਾ ਦਿੰਦੇ ਆ ਤੂੰ ਇਹ ਸਮਝ ਅਸੀਂ ਬੈਠੇ ਹੀ ਨਹੀਂ ਇੱਥੇ ਪਾਤਸ਼ਾਹ ਕਹਿੰਦੇ ਵੀ ਇਹਦੇ ਅੱਗੇ ਕਨਾਤ ਤਾਣ ਦਿਓ ਅਸੀਂ ਦਿਸਗੇ ਹੀ ਨਾ ਇਹਨੂੰ ਸਭ ਕੱਲਾ ਇੱਕ ਪਾਸੇ ਬੈਠਾ ਰਹੇ ਤੇ ਗਾਈ ਜਾਵੇ ਸਭ ਕੇ ਓਟੈ ਤਾਹੇ ਬਿਠਾਏ ਮਹਾਰਾਜ ਜੀ ਨੇ ਕਨਾਤ ਤਣਾ ਦਿੱਤੀ ਇਹਦੇ ਅੱਗੇ ਇਹਨੂੰ ਸਾਰਿਆਂ ਤੋਂ ਪਾਸੇ ਜਿਵੇਂ ਕੱਲਾ ਜਿਹਾ ਬੈਠਾ ਹੁੰਦਾ ਏਦਾਂ ਬਿਠਾ ਦਿੱਤਾ ਇਹਨੂੰ ਤੇ ਇਹਦੇ ਨਾਲ ਦੇ ਸਾਥੀਆਂ ਨੂੰ ਪ੍ਰਭ ਕੋ ਹੁਕਮ ਮਾਨ ਕਰ ਗਾਇਓ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਫੇਰੇ ਨੇ ਗਾਇਆ ਤਉ ਰਾਤ ਸਮ ਰਸ ਨਹਿ ਪਾਇਓ ਗਾਇਆ ਪਰ ਜਿਹੜਾ ਰਸ ਰਾਤ ਬਣਿਆ ਸੀ ਹੁਣ ਨਹੀਂ ਬਣਿਆ ਮਸਕੀਨ ਜੀ ਕਹਿੰਦੇ ਮੈਂ ਕਥਾ ਰੋਜ਼ ਕਰਦਾ ਪਰ ਕਦੇ ਕਦੇ ਹੋ ਜਾਂਦੀ ਹੈ ਕਰਦਾ ਰੋਜ਼ ਆ ਕਥਾ ਪਰ ਕਦੇ ਕਦੇ ਹੋ ਜਾਂਦੀ ਹੈ ਗਾਉਣ ਵਾਲੇ ਗਾਉਂਦੇ ਜ਼ਰੂਰ ਨੇ ਰੋਜ਼ ਪਰ ਕਦੇ ਕਦੇ ਗਾਵਿਆ ਜਾਂਦਾ ਉਹ ਜਿਹੜਾ ਕਦੇ ਕਦੇ ਗਾਵਿਆ ਜਾਂਦਾ ਜਾਂ ਜਿਹੜੀ ਕਥਾ ਕਦੇ ਕਦੇ ਹੋ ਜਾਂਦੀ ਹੈ ਨਾ ਉਹ ਅਲੌਕਿਕ ਹੁੰਦੀ ਹੈ ਉਹ ਹੁੰਦੀ ਵਾਕਈ ਕਦੇ ਕਦੇ
जेड़ा रस रात नू बनया सी ना गाउंदिया हुण नहीं आया वो रस। धन दे कर तिसकियो निहाल, महाराज जी ने आख्या भई इहनू माया दे गफे दिओ। करी मौज श्री प्रभु बिसाल, माया दे गफे दे के निहाल करके महाराज जी ने दे ते बड़ी मौज कीती, कृपा कीती। सस्सी पर के तरक उठाई, उथे किसे कट्टड़वादी बिरती वाले ने शंका कर लिया। उन्हें शंका कीता, महाराज तुहाडी सभा च की सस्सी पुन्नू दी गल गाण गीत गाया उन्हें लोक गीत। ये सस्सी पुन्नू दी महाराज की सी उन्हां दी प्रीत भला, वो किसे ने शंका कीता। भाई गुरदास जी दी ए पौड़ी नूं भी कई बार कई कीर्तनियां जदों पढ़न ते कई शंकावादी अज भी शंका करदे। लेला मजनू आशकी चौ चक्की जाती, सोरठ बीजा गाविया जस सुगड़ा वाती, मेही वाल नो सोहणी न तरदी राती, सस्सी पुन्नू दोस्ती ओए जात अजाती, रांझा हीर वखाणिया ओए पिरम पराती, पीर मुरीदा पिरहड़ी गावन परबाती। भाई गुरदास, असल मुद्दा तो यह सी ना खीरली पंक्ति च, पीर मुरीदा पिरहड़ी गावन परबाती। उन्हां दी प्रीत दा एक पक्ष लै के भी जिवें उह प्रीत करदे आ, इदां रब दे प्यारे परमेश्वर नाल प्रीत करके अमृत वेले उठ के उहनूं गाउंदे आ। पीर मुरीदा पिरहड़ी गावन परबाती, परबाती अमृत वेले उठ के जिहड़े रब दे प्यारे मुरीद ने उह गाउंदे आ परमेश्वर दी सिफत नूं। गल तां इह सी, वो शंकावादी बैठा कोलों ने शंका कीता सस्सी पुन्नू दा, जदों लोक गीत गाया ना इन्होंने ते उहने मन च तर्क कीती। तिस प्रत उत्तर करियो गुसाई, कलगीधर जी ने फिर उहदे तर्क दा जवाब दिता, कहण लगे अंगुर गडै न अवनी माही। महाराज जी कहिंदे ओ सज्जणा, जमीन च उंगल नहीं गड्डी, तेरी जद गड्डे जमीन च गड सकना उंगल, राखा जमीन थले पई है, इहदे तेरी उंगल गड़ी सकती है। पातशाह कहिंदे तेरी उंगल भी जमीन विच नहीं गड होनी। ससिया भई प्रवेशन ताही, ओ सस्सी वेख किहो जी अपने उस प्रेमी दे प्रेम दे रंग विच रंगी होई, ओ सारी जमीन विच ही धस गई सी, समा गई सी। इह सस्सी पुन्नू बारे कुछ इदां दस्सिया जांदा है कि सस्सी एक वपारी दी पाली हुई पालक पुत्री सी, ते जेड़ा पुन्नू सी ओ कोई चंगा तनाड़ शाहूकार दा पुत सी। दोवां दी प्रीत बनी। पुन्नू दे जेड़े भरा सन उन्हां आखिया भी ये गोली है पाली हुई, इहदे नाल इहदी शादी नहीं हो सकती। उन्हां ने उस लड़की नूं चोरी उहदे घरों चुक के किसे बियाबान उजाड़ दे विच छड़ दिता, उत्थे ओ पुन्नू पुन्नू करदिया होया जमीन च समा के उहदी प्रीत च उहने अपनी जिंदगी समाप्त कर दित्ती। इह कोई लोक कहानी जिहड़ी है इहदे संबंध विच दसी जांदी है, कही जांदी है। प्रेम महात्म बड़ो बडेरा, महाराज जी कहिंदे जिहड़ा असल गल इत्थे सस्सी पुन्नू जां रांझे हीर दी जां मेहीवाल दी कोई गल दी प्रीत दी, ओह उहनां दे कोई शरीरां दे संबंध दी गल नहीं हो रही, इत्थे गल प्रीत दी है। जिवें किसे ने कहा बई तेरा मूँह चन्न वर्गा है, हुण कोई आखे ओह चन्न च कलंक हुंदा, तूं मैनूं कलंकी दसना, कोई कह देवे तेरा मूँह सूरज वांगू प्रकाश करदा, वो आख्यो तू मैनू सूरज वांगू तपण वाला कहना, मैं तो ठंडा शीतल बंदा। यानी कि उदाहरण दा केवल एक पक्ष ही लिया जांदा ना, जे चन्न वांगू सोहना कहो तो इहदा मतलब हुंदा वी सुंदरता दी गल हो रही है, उहदे कलंक दी गल नहीं हो रही, उहदे कलंक दी गल नहीं हो रही। इदां इहनां दे प्रीत दा एक पक्ष लिया वी इहनां ने प्रीत कीती है। समाजिक तौर दे उत्ते एक किस तरह दे बहिष्कार दा सामना इन्हां नूं करना पिया, किदां दे इन्हां दे जीवन, वह गल नहीं, सिर्फ उन्हां दी प्रीत दी गल लई गई है।
चन ते चकोर दी प्रीत दी गल कही जांदी है ते हुण चकोर पंछी है पशु जूनी है पर उहदी प्रीत दा इक पक्ष लिया ना ਇਹ ਤਾਂ ਨਹੀਂ ਕਿਹਾ ਵੀ ਅਸੀਂ ਪਸ਼ੂਆਂ ਵਾਂਗੂ ਪ੍ਰੀਤ ਕਰੀਏ ਭਲਾ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ ਚੱਕਵੀ ਸੂਰਜ ਹੋਤ ਹੈ ਮਿਲਹੋਨ ਸੁਖਾਲੇ ਉਹ ਕੇਵਲ ਇੱਕ ਪੱਖ ਲਿਆ ਮਾਂ ਦੇ ਪੁੱਤ ਦੇ ਪੁੱਤ ਦੇ ਮਾਂ ਦੇ ਨਾਲ ਪ੍ਰੇਮ ਦੀ ਗੱਲ ਦਾ ਪ੍ਰਮਾਣ ਲਿਆ ਉਦਾਹਰਣ ਇੱਕ ਪੱਖ ਲਿਆ ਜਾਂਦਾ ਮਹਾਰਾਜ ਜੀ ਕਹਿੰਦੇ ਜਿਹੜਾ ਪ੍ਰੇਮ ਮਹਾਤਮ ਹੈ ਉਹ ਬੜੋ ਬਡੇਰਾ ਪ੍ਰੇਮ ਦਾ ਮਹਾਤਮ ਸਭ ਤੋਂ ਵੱਡਾ ਹੈ असल गल इस लोक गीत पिछे ए है जो असी समझ रहे हैं वो है कि परमेशर नल प्रेम करिए अकाल पुरख नल प्रेम करिए क्योंकि परमेशर प्रेम का ही स्वरूप है वो प्रेम का ही स्वरूप जतर ततर दिशा विसा हुए फैलियो अनुराग हर पासे वाहिगुरु परमेशर प्रेम रूप हो करके फैलिया हुआ जाप साहब असी रोज पढ़ते हैं वो प्रेम रूप हो के सारे पासे फैलिया साच कहो सुन लिहो सब है जिन प्रेम कियो ते नहीं प्रभ पायो ये कलगीधर जी दे बचन ने ओहा प्रेम फिरी रब दा स्वरूप प्रेम वाला है ओह नेहो नवेला पुछया जी रब कौन है किहो जिहा तां पातशाह कहिंदे ओह नेहो नवेला कहिंदे नवे नवे प्रेम वर्गा नेहो नवेल नवेला नवे प्रेम वाला उहदा प्रेम पुराना नहीं हुंदा तुसीं अज जिन्नी प्रीत करदे हो दस साल बाद भी वह प्रीत तुहानू नवी लगेगी संसार दे लोकां नाल मनुखां नाल जीवां नाल पदार्थां नाल किसी भी वस्तु नाल तुसीं प्रीत करो सहजे सहजे वह प्रीत फिक्की जी प्रतीत होण लग पैंदी पुराणी जी लगन लग पैंदी पर परमेशर नाल गुरु नाल कीती हुई प्रीत नित नवी प्रतीत हुंदी है नित नवी ओ नेहो नवेला महाराज जी कहिंदे प्रेम महात्म बड़ो बडेरा प्रेम दा जिहड़ा महात्म है ओ वड्डियां तों वड्डा है प्राण जान लग जिन्हो नबेरा तन हन ओ जिन्हां ने प्राणा दे अंतले समें तक भी अपने इस प्रेम नूं अंतले साह तक निभाया ਉਹ ਧੰਨ ਹਨ ਜਿਨ੍ਹਾਂ ਨੇ ਆਪਣੇ ਪ੍ਰੇਮ ਨੂੰ ਅੰਤਲੇ ਸਾਹਾਂ ਤੱਕ ਵੀ ਨਿਭਾਇਆ ਪਰ ਗੁਰੂ ਨਾਨਕ ਦੇ ਘਰ ਵਿੱਚ ਤਾਂ ਐਸੇ ਪ੍ਰੇਮ ਕਰਨ ਵਾਲੇ ਗੁਰੂ ਦੇ ਪ੍ਰੇਮੀ ਨੇ ਕਿ ਅੰਤਲੇ ਸਾਹ ਨਿਕਲ ਕੇ ਸਰੀਰ ਟੁਕੜੇ ਟੁਕੜੇ ਹੋ ਗਿਆ ਫਿਰ ਵੀ ਪ੍ਰੇਮ ਨਿਭਾ ਰਹੇ ਨੇ ਧੰਨ ਭਾਈ ਮਤੀ ਦਾਸ ਜੀ ਸਰੀਰ ਦੋ ਫਾੜਾਂ ਵਿੱਚ ਕੱਟਿਆ ਪਿਆ ਜਪਜੀ ਸਾਹਿਬ ਦੀ ਬਾਣੀ ਫਿਰ ਵੀ ਦੋਹਾਂ ਹਿੱਸਿਆਂ ਦੇ ਵਿੱਚੋਂ ਜਾਪ ਹੋ ਰਿਹਾ ਬੰਦ ਬੰਦ ਕੱਟਿਆ ਗਿਆ ਭਾਈ ਮਨੀ ਸਿੰਘ ਸਾਹਿਬ ਜੀ ਦੇ ਸਾਰੇ ਸਰੀਰ ਦਾ ਤੇ ਸੁਖਮਣੀ ਸਾਹਿਬ ਦੀ ਅੱਠਵੀਂ ਅਸ਼ਟਪਦੀ ਪੜ੍ਹ ਰਹੇ ਸਨ ਤੇ ਸਾਰਾ ਸਰੀਰ ਟੁਕੜੇ ਟੁਕੜੇ ਹੋ ਗਿਆ ਬਾਕੀ ਰਹਿੰਦਾ ਸੁਖਮਣੀ ਸਾਹਿਬ ਦਾ ਪਾਠ ਉਸ ਟੁਕੜੇ ਟੁਕੜੇ 'ਚੋਂ ਆਵਾਜ਼ ਆਉਂਦੀ ਤੇ ਪੂਰੀ ਸਮਾਪਤੀ ਹੋ ਕੇ ਫਿਰ ਉਹ ਟੁਕੜੇ ਸ਼ਾਂਤ ਹੁੰਦੇ ਨੇ उदाहरण केवल मीन की दिती जाती है भी वह मच्छी प्रेम करती है पानी नाल ते टुकड़े टुकड़े होके पेट च गई भी पानी की मंग करती है गुरु के सिखा ने अपनी इस खेड नूं प्रगट करके प्रतख करके विखाया पातशाह कहिंदे प्रेम दे समान कुछ नहीं है संत ਤਤਰ ਸਿੰਘ जी महाराज मस्तू आने वाले महापुरश प्रेम दे संबंध च बड़ा प्यारा बचन कर दे परे मां जिथों मैं तो परे हो जाइए जिथे मैं ना रहे उनू प्रेम कहिंदे ने परे मां मैं तो परे हो जाओ जदों मैं तो परे होवोगे प्रेम उत्थों ही शुरू हुंदा जिथे मैं होवे उत्थे स्वार्थ है उत्थे प्रेम नहीं है जिथे मैं होवे ना भी मैनू आ दे दे आ मिल जे दे कोलों ओ स्वार्थ हो सकता प्रेम नहीं हो सकता प्रेम तो वह है कि जिथे मैं हाँ ही नहीं बस तू ही तू है वह प्रेम है तू तू करता तू हुआ मुझ मैं रहा ना हाँ जी तिनके नाम सदा थिर भए जेडे प्रेम करने वाले प्रेम निभा जाने वाले ने महाराज जी कहिंदे उहनां दे नां संसार च सदा लई थिर हो जांदे ने लखां बरख बखाने गए और लखां वरियां तक लखां सालां तक
ਉਹਨਾਂ ਦੇ ਪ੍ਰਮਾਣ ਦਿੱਤੇ ਜਾਂਦੇ ਨੇ, ਉਹਨਾਂ ਦੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ ਨੇ। ਗੁਰੂ ਪਰਮੇਸ਼ਰ ਸਨ ਜਿਨ ਪ੍ਰੇਮ, ਆ ਤਾਂ ਕਹਿੰਦੇ ਮਹਾਰਾਜ ਜੀ ਵੀ ਇਹਨਾਂ ਦੀ ਆਪਸੀ ਪ੍ਰੇਮ ਦੀ ਖੇਡ ਸੀ ਨਾ। ਪਾਤਸ਼ਾਹ ਕਹਿੰਦੇ ਜਿਹੜੇ ਗੁਰੂ ਪਰਮੇਸ਼ਰ ਨਾਲ ਪ੍ਰੇਮ ਕਰਦੇ ਨੇ, ਸੁਣੋ ਹੁਣ ਉਹਨਾਂ ਬਾਰੇ। ਸੇ ਤਤਕਾਲ ਪਾਵਤੇ ਛੇਮ, ਕਹਿੰਦੇ ਇਹ ਤਾਂ ਕੇਵਲ ਸੰਸਾਰ ਦੇ ਜਸ ਨੂੰ ਹੀ ਪ੍ਰਾਪਤ ਹੋਏ ਜਿਹੜੇ ਗੁਰੂ ਪਰਮੇਸ਼ਰ ਨਾਲ ਪ੍ਰੇਮ ਕਰਨ ਵਾਲੇ ਨੇ। ਅਗਰ ਉਹਨਾਂ ਦਾ ਸਰੀਰ ਕਾਲ ਕਰਕੇ ਗ੍ਰਸਿਆ ਵੀ ਜਾਵੇ, ਉਸ ਤੋਂ ਬਾਅਦ ਵੀ ਉਹ ਛੇਮ ਕਹੀਏ ਮੁਕਤੀ ਨੂੰ ਪ੍ਰਾਪਤ ਹੋ ਜਾਂਦੇ ਨੇ, ਪਰਮੇਸ਼ਵਰ ਵਿੱਚ ਮਿਲ ਕੇ ਇੱਕ ਮਿਕ ਹੋ ਕੇ ਸਦੈਵੀ ਸਦਾ ਕਾਲ ਲਈ ਥਿਰ ਹੋ ਜਾਂਦੇ ਹਨ। ਬਿਨਾਂ ਪ੍ਰੇਮ ਫੋਕਟ ਸਭ ਯਤਨ, ਪਾਤਸ਼ਾਹ ਕਹਿੰਦੇ ਪ੍ਰੇਮ ਤੋਂ ਬਿਨਾਂ ਸਾਰੇ ਕੀਤੇ ਯਤਨ ਫੋਕਟ ਨੇ। ਗੁਰਦੇਵ ਕਹਿੰਦੇ ਵੀ ਇੱਕ ਵੇਖਿਆ ਵੀ ਡੰਡੌਤ ਕਰ ਰਿਹਾ, ਬਾਰ ਬਾਰ ਇੱਦਾਂ ਮੱਥਾ ਟੇਕਦਾ ਡੰਡੌਤ ਕਰਦਾ। ਪਾਤਸ਼ਾਹ ਕਹਿੰਦੇ ਵੀ ਇਹ ਡੰਡੌਤ ਕਰਦਾ ਵੇਖਣ ਵਾਲੇ ਨੂੰ ਪ੍ਰਤੀਤ ਹੋ ਰਿਹਾ, ਪਰ ਜੇ ਪ੍ਰੇਮ ਨਹੀਂ ਹੈ ਤਾਂ ਕਹਿੰਦੇ ਡੰਡੌਤ ਨਹੀਂ ਕੇਵਲ ਇੱਕ ਭਲਵਾਨ ਦੇ ਕੱਢੇ ਹੋਏ ਦੰਡ ਬੈਠਕਾਂ ਨੇ। ਜੇ ਪ੍ਰੇਮ ਨਹੀਂ ਹੈ ਤੇ ਫਿਰ ਇੱਕ ਕੁਝ ਵੀ ਨਹੀਂ, ਪ੍ਰੇਮ ਨਹੀਂ ਤੇ ਫਿਰ ਕੁਝ ਵੀ ਨਹੀਂ ਸੋਭਦਾ, ਪ੍ਰੇਮ ਬਿਨਾਂ ਸਭ ਫੋਕਟ ਹੈ, ਪ੍ਰੇਮ ਬਿਨਾਂ। ਇਹ ਕਥਾ ਗੁਰੂ ਅਰਜਨ ਸਾਹਿਬ ਜੀ ਨੂੰ ਪੁੱਛਿਆ ਸਿੱਖਾਂ ਨੇ, ਮਹਾਰਾਜ ਕਥਾ ਕੀਰਤਨ ਦੇ ਮਹੱਤਵ ਬਾਰੇ ਦੱਸੋ। ਪਾਤਸ਼ਾਹ ਕਹਿੰਦੇ ਕਥਾ ਮਾਂ ਹੈ, ਕੀਰਤਨ ਪੁੱਤਰ ਹੈ। ਸਿੱਖਾਂ ਫਿਰ ਬੇਨਤੀ ਕੀਤੀ, ਮਹਾਰਾਜ ਜੇ ਕਥਾ ਮਾਂ ਤੇ ਕੀਰਤਨ ਪੁੱਤਰ ਹੈ ਤੇ ਫਿਰ ਕੀਰਤਨ ਦਾ ਪਿਤਾ ਤੇ ਕਥਾ ਦਾ ਘਰ ਵਾਲਾ ਕੌਣ ਹੈ? ਤੇ ਮੇਰੇ ਸਾਹਿਬ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਕਥਾ ਦਾ ਘਰ ਵਾਲਾ ਤੇ ਕੀਰਤਨ ਦਾ ਪਿਤਾ ਹੈ ਪ੍ਰੇਮ। ਪ੍ਰੇਮ ਹੋਵੇ ਤੇ ਕਥਾ ਸੋਭਦੀ ਹੈ, ਪ੍ਰੇਮ ਹੋਵੇ ਤਾਂ ਕੀਰਤਨ ਸੋਭਦਾ, ਜੇ ਪ੍ਰੇਮ ਨਹੀਂ ਤਾਂ ਫਿਰ ਦੋਵੇਂ ਨਹੀਂ ਸੋਭਨੀਕ। ਪ੍ਰੇਮ ਹੋਵੇ ਤਾਂ ਨਿਤਨੇਮ ਸੋਭਦਾ, ਪ੍ਰੇਮ ਹੋਵੇ ਤਾਂ ਗੁਰੂ ਕੀ ਬਾਣੀ ਪੜ੍ਹੀ ਹੋਈ ਸੋਭਦੀ ਹੈ, ਫਲਦਾਇਕ ਹੁੰਦੀ ਹੈ। ਪਾਤਸ਼ਾਹ ਕਹਿੰਦੇ ਪ੍ਰੇਮ ਬਿਨਾਂ ਸਭ ਫੋਕਟ ਹੈ। ਪ੍ਰੇਮ ਸੁਕਰਮਨ ਸਭ ਮਹਿ ਰਤਨ, ਕਹਿੰਦੇ ਪ੍ਰੇਮ ਜਿਹੜਾ ਦੁਨੀਆਂ ਦੇ ਸਾਰੇ ਕਰਮਾਂ ਚੋਂ ਸ੍ਰੇਸ਼ਟ ਕਰਮ ਹੈ, ਜਾਂ ਇੱਦਾਂ ਕਹਿ ਲਈਏ ਸਭ ਤੋਂ ਕੀਮਤੀ ਰਤਨ ਹੈ। ਪ੍ਰੇਮੀ ਜਪ ਤਪ ਬਿਨ ਮਖ ਜੋਗ, ਜਿਹੜਾ ਪ੍ਰੇਮੀ ਹੁੰਦਾ ਨਾ, ਪਾਤਸ਼ਾਹ ਕਹਿੰਦੇ ਨਾ ਉਹਨੂੰ ਯੱਗ ਕਰਨ ਦੀ ਲੋੜ ਹੈ, ਨਾ ਉਹਨੂੰ ਕਹਿੰਦੇ ਕਿਸੇ ਯੋਗ ਦੀ ਕੋਈ ਲੋੜ ਆ, ਨਾ ਕਿਸੇ ਜਪ ਦੀ, ਨਾ ਕਿਸੇ ਤਪ ਦੀ। ਪ੍ਰੇਮੀ ਬਸ ਆਪਣੇ ਸਾਹਿਬ ਨਾਲ ਪ੍ਰੇਮ ਕਰਕੇ ਹੀ ਪਾਰ ਉਤਰ ਜਾਂਦਾ ਹੈ। ਪ੍ਰਾਪਤ ਹੋਤ ਉਚੇਰੇ ਲੋਗ, ਉਹ ਬੜੇ ਉੱਚੇ ਲੋਕ ਨੂੰ, ਪਰਮ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਬਿਨਾਂ ਕਿਸੇ ਜਪ ਤਪ ਤੋਂ, ਬਿਨਾਂ ਕਿਸੇ ਯੱਗ ਹਵਨ ਤੋਂ। ਪ੍ਰੇਮੀ ਕੇਵਲ ਪ੍ਰੇਮ ਕਰਕੇ ਪਰਮੇਸ਼ਰ ਦੇ ਘਰ ਜਾ ਪਹੁੰਚਦਾ ਹੈ। ਇਤਿਹਾਦਿਕ ਮਹਿਮਾ ਮੁਖ ਗਾਈ, ਇਹਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰੇਮ ਦੀ ਮਹਿਮਾ ਵਰਣਨ ਕੀਤੀ। ਕਿਤਕ ਸਮੇਂ ਤਹਿ ਥਿਰੇ ਗੁਸਾਈ, ਕੁਝ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਥਿਰ ਰਹੇ। ਕਹਿਓ ਬ੍ਰਤੰਤ ਬਰਾੜਨ ਫੇਰ, ਜਿਹੜੇ ਬਰਾੜ ਮਹਾਰਾਜ ਜੀ ਨੇ ਨੌਕਰੀ ਤੇ ਰੱਖੇ ਸਨ ਆਪਣੇ ਕੋਲ, ਉਹਨਾਂ ਬਰਾੜਾਂ ਨੇ ਫਿਰ ਇਹ ਕਿਲੇ ਦਾ ਜਿਹੜਾ ਇਹਦਾ ਇਤਿਹਾਸ ਹੈ ਉਹ ਸਤਿਗੁਰੂ ਜੀ ਨੂੰ ਦੱਸਿਆ। ਇੱਕ ਪਟਨੇਰ ਨਾਮ ਦਾ ਰਾਜਾ ਹੋਇਆ, ਉਹਨੇ ਪਟਨੇਰ ਨੇ ਆਪਣੇ ਨਾਂ ਤੋਂ ਇਸ ਨਗਰ ਨੂੰ ਵਸਾਇਆ ਸੀ, ਨਾਂ ਦਾ ਨਗਰ ਰੱਖਿਆ ਸੀ ਭਟਿੰਡਾ, ਭੱਬੇ ਨਾਲ ਹੌਲੇ ਹੌਲੇ ਅੱਜ ਕੱਲ੍ਹ ਆਪਾਂ ਇਹਨੂੰ ਬਠਿੰਡਾ ਕਹਿੰਦੇ ਹਾਂ। ਤੋ ਪਟਨੇਰ ਰਾਜੇ ਨੇ ਇਸ ਨਗਰ ਨੂੰ ਵਸਾਇਆ ਸੀ। ਇਹ ਬੀਕਾਨੇਰ ਦਾ ਜਿਹੜਾ ਰਾਜਾ ਸੀ, ਬੀਕਾਨੇਰ ਵੀ ਇਸੇ ਦਾ ਵਸਾਇਆ ਹੋਇਆ ਸੀ, ਤੋ ਇਹ ਨਗਰ ਵੀ ਉਹਦਾ ਹੀ ਵਸਾਇਆ ਹੋਇਆ ਸੀ। ਹਾਂਜੀ, ਬਿਨੈ ਪਾਲਨ ਰੇ ਪਚੜਿਓ ਅਖੇਰ, ਹੋਰ ਦੱਸਿਆ ਕਿ ਕਿਲ੍ਹਾ ਕਿਵੇਂ ਬਣਿਆ। ਮਹਾਰਾਜ ਜੀ ਇੱਕ ਰਾਜਾ ਸੀ, ਰਾਜਾ ਬਿਨੈ ਪਾਲ। ਰਾਜੇ ਬਿਨੈ ਪਾਲ ਇੱਕ ਦਿਨ ਉਹ ਸ਼ਿਕਾਰ ਖੇਡਣ ਇਸ ਇਲਾਕੇ ਵਿੱਚ ਆਇਆ। ਜਬ ਉਦਿਆਨ ਬਿਖੈ ਚੱਲ ਗਯੋ, ਉਹ ਜਦੋਂ ਜੰਗਲ ਦੇ ਵਿੱਚ ਚੱਲਦਾ ਚੱਲਦਾ ਆਇਆ। ਕੌਤਕ ਏਕ ਬਿਲੋਕਤ ਭਯੋ, ਮਹਾਰਾਜ ਆਹ ਕਿਲੇ ਵਾਲੀ ਥਾਂ ਤੇ ਉਹਨੇ ਇੱਕ ਕੌਤਕ ਵੇਖਿਆ, ਬੜਾ ਅਜੀਬੋ ਗਰੀਬ ਕੌਤਕ ਵੇਖਿਆ। ਅਜਾ ਪ੍ਰਸੂਤਾ ਬ੍ਰਿਕ ਸੋ ਲਰੈ, ਇਹ ਕਿਲਾ ਉਦੋਂ ਬਣਿਆ ਨਹੀਂ ਸੀ, ਕੱਲੀ ਜਗ੍ਹਾ ਸੀ, ਤੇ ਜਗ੍ਹਾ ਵੇਖੀ ਉਹਨੇ ਬੜਾ ਹੈਰਾਨ ਹੋਇਆ ਕਿ ਇੱਕ ਬੱਕਰੀ ਜਿਹਨੇ ਆਪਣੇ ਉੱਥੇ ਬੱਚੇ ਦਿੱਤੇ ਹੋਏ ਨੇ ਤੇ ਇੱਕ ਸ਼ੇਰ ਦੇ ਨਾਲ ਲੜ ਰਹੀ ਆਪਣੇ ਬੱਚਿਆਂ ਨੂੰ ਬਚਾਉਣ ਲਈ, ਤੇ ਉਹ ਸ਼ੇਰ ਨੂੰ ਨੇੜੇ ਨਹੀਂ ਲੱਗਣ ਦਿੰਦੀ। ਹਾਂਜੀ, ਆਪਣੋ ਬਤਸ਼ ਬਚਾਵਨ ਕਰੈ, ਉਹ ਆਪਣੇ ਬੱਚਿਆਂ ਨੂੰ ਬਚਾ ਰਹੀ ਆ, ਸ਼ੇਰ ਨਾਲ ਪੂਰਾ ਮੁਕਾਬਲਾ ਕਰ ਰਹੀ ਆ ਡੱਟ ਕੇ। ਉਹ ਬੱਕਰੀ ਕਿੱਥੇ, ਬੱਕਰੀ
किथे शेर वो अपने बच्चों नूं बचाउण वास्ते उस शेर का पूरा मुकाबला कर रही है खलोती इस जगह ते। थल अजीत बड लख्यो मवासी। राजे बिना पाल ने वेख्या भी यह जगह बड़ी वड्डी है भी जिथे एक बकरी शेर नाल लड़ के उनू हरा के भजा दिता शेर नेड़े नहीं आया चला गया। उन्हें आख्या यह जगह मवासी जगह है भी जे इस जगह दे उत्ते किला बना के लड़िया जावे ते कोई दुश्मन इस किले नू फतेह नहीं कर सकेगा। ए राजे बिना पाल दे मन च ख्याल आया अपने सचवन साथ प्रकाशी। उन्हें अपने वजीरां दे नाल गल कीती शीघ्र दुर्ग को पावन करिया है। कहिंदा इत्थे जिन्ना छेती हो सके किले दी उसारी करो जित कित ते नर पुंज करिया है। जिथों किथों जेड़े बंदे मिलदे आ नौकर मिलदे आ कारीगर मिलदे आ सब बुला लवो नर खोजे नह पावत कने। हुण किला बनाउणा उहदे लई बंदे बहुत ज्यादा चाहिए ने ते इलाके विच बंदे घट सन नहीं मिल रहे जाने ओ शिखर दुर्ग नह बने। राजे बिना पाल ने सोचिया भी मैं जिन्ना छेती इत्थे किला बनाना चाहना उन्नी छेती बनना नहीं क्योंकि बंदियां दी गिनती घट है। भाग हाकमी जितक अनाजे। इन्ने ऐलान कीता भी अनाज दे विच जिन्नी क्योंकि जेड़ा कुछ हिस्सा जेड़ा सी ओ राजे दे खजाने च आउंदा सी लोकां दे अनाज विच्चों इन्हें अपना हिस्सा छड़न दा ऐलान कर दिता इस फसल दे विच जिन्ना भी अनाज जेड़े जेड़े जिमीदार दा होवेगा उहदे विच्चों सरकारी जिहड़ा टैक्स लगदा तुसीं अनाज दा हिस्सा देना उह तुहानूं माफ है पर बाद शर्त है माफ उहनूं होवेगा जिहड़ा किले दे इस काम दे विच उसारी विच आ के मेहनत करेगा किले की उसारी विच काम करेगा। हाँ जी छोर दीन राहक को राजे। जदों जिमीदारां नूं इहने ओह टैक्स सारा छड़ दिता तितक मृत का दुर्ग पवाई। उस वेले ओह जिन्ने लोक सन सारे आ गए कट्ठे होके उन्हां वेख्या भी फसल बचदी है फसल का हिस्सा बहुत जांदा सी सरकार कोल ओह आ के सारे कट्ठे हो के लोक पहुंच गए ते किले वाली जगह ते मिट्टी पा के नूं उच्चियां चुकन लगे। मिले आन मानव समुदाई। हजारां दी गिणती च लोक आ के कट्ठे हो के काम करन लगे किला बनाउण दे विच इस प्रकार तूरन बनवावा। और कहिंदे वेखदिआं वेखदिआं कुछ समें विच ही किला बन गया अदक उतंग मवास चिन्नावा। और बड़ी उचाई दे उत्ते किले दी उसारी करवाई ते इहनूं मवास बनाया आकी बनाया यानी कि जे लड़ना पवे तो इस किले दे विच खिलाफत करके सरकार दे लड़िया जावांगे लड़ांगे। सुनी सुरंग बीच इस कीन। कहिंदे सुनिया महाराज जी भी इहदे विच इक सुरंग बनाई सी राजे बिना पाल ने बठिंडे दे किले विच इथों सुरंग बनाई सी गढ़ पटनेर लगो चिन दीन। ते ओह पटनेर गढ़ जिहनूं अजकल आपां हनुमान गढ़ कहिंदे कहण लगे महाराज जी भी जिहड़ी उहने सुरंग बनाई सी इहदे किले दे विच उहदे बारे दस्सिया जांदा भी उह सुरंग पटनेर गढ़ यानी कि हनुमान गढ़ जा के निकलदी उह भी उहदा ही राज सी बिना पाल दा ही। किथे बठिंडा ते किथे हनुमान गढ़ है तो किड्डी वड्डी सुरंग सी महाराज इथों वड़ के कहिंदे उत्थे जा के निकलिया जांदा एड्डी वड्डी सुरंग उहने बनवाई है इहदे अंदर दस्सी जांदी है। ਇਤਿਹਾਸਿਕ ਕੁਛ ਅਪਰ ਪ੍ਰਸੰਗ ਇੱਦਾਂ ਉਸ ਕਿਲੇ ਦੇ ਸੰਬੰਧ 'ਚ ਜਿਹੜੀਆਂ ਉੱਥੇ ਦੰਦ ਕਥਾਵਾਂ ਹੁੰਦੀਆਂ ਨੇ ਲੋਕਾਂ 'ਚ ਪ੍ਰਚਲਿਤ ਰੀਤੀਆਂ ਉਹ ਉਹਨਾਂ ਨੇ ਦੱਸੀਆਂ ਮਹਾਰਾਜ ਜੀ ਨੇ ਸੁਣੀਆਂ। ਕਰੇ ਸੁਨਾਵਨ ਸਤਿਗੁਰ ਸੰਗ। ਸਤਿਗੁਰੂ ਜੀ ਨੂੰ ਉਸ ਕਿਲੇ ਬਾਰੇ ਹੋਰ ਜਿਹੜੀਆਂ ਖੂਬੀਆਂ ਸਨ ਜਾਂ ਇਲਾਕੇ ਬਾਰੇ ਉੱਥੋਂ ਦੇ ਜਿਹੜੇ ਵਸਿੰਦੇ ਬਰਾੜ ਸਨ ਉਹਨਾਂ ਨੇ ਸਤਿਗੁਰਾਂ ਨੂੰ ਦੱਸਿਆ। ਭਏ ਤਿਆਰ ਅਗਲੀ ਪੁਨ ਸਾਰਾ। ਇੱਦਾਂ ਅਗਲੇ ਦਿਨ ਸਤਿਗੁਰੂ ਜੀ ਨੇ ਤਿਆਰੀ ਕੀਤੀ। ਹਾਏ ਪਰ ਜ਼ੀਨ ਡਾਰ ਅਸਵਾਰਾ। ਘੋੜੇ ਤੇ ਕਾਠੀ ਪਾ ਕੇ ਸਤਿਗੁਰੂ ਜੀ ਸਵਾਰ ਹੋਏ। ਉਲੰਘ ਪੰਥ ਕੇ ਤੱਕ ਜਬ ਆਏ। ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਜਦੋਂ ਕੁਝ ਕੁ ਪੈਂਡਾ ਤੈਅ ਕਰਕੇ ਅੱਗੇ ਆਏ। ਡੇਰਾ ਸੰਮੀ ਗ੍ਰਾਮ ਸੋ ਪਾਏ। ਤੇ ਲਾਗੇ ਹੀ ਇੱਕ ਨਗਰ ਹੈ ਸੰਮੀ ਪਿੰਡ। ਸੰਮੀ ਨਗਰ ਵਿੱਚ ਆ ਕੇ ਸਤਿਗੁਰੂ ਜੀ ਨੇ ਡੇਰਾ ਕੀਤਾ। ਤਹਿ ਕੇ ਨਰਨ ਆਏ ਕਰ ਜੋਰੇ। ਜਿਹੜੇ ਸ਼ੰਮੀ ਪਿੰਡ ਦੇ ਲੋਕ ਸਨ
उन्होंने आके सतगुरु जी दे दर्शन दिदारे कीते। जथा शक्त धारे अगर अकोरे, जथा शक्त सतगुरां दे चरणा विच लिया के उन्होंने पिटावां अर्पण कीतियां शम्मी पिंड वालियां ने। दर्शन कर पद बंदत सारे, सतगुरु जी दे दर्शन करके सब ने गुरु चरणा च वंदना कीती मथा टेकिया। दुग्ध ददीले तरियो अगारे, दुध दे घड़े भर के लियाए, दही दे घड़े भर के लिया के सतगुरां दे अगे रखे। तृण दाना घोरण को दीन, घोड़िया वास्ते दाने पठे दा प्रबंध कीता। रस्त पुचाई देग सो कीन, लंगरा वास्ते रस्ता बस्ता हाजर कीतियां पिंड वालिया ने। सुपत जता सुख रात बिताई, एक रात सतगुरु सचे पातशाह जी ने सम्मी पिंड दे विच बतीत कीती। रात भई चढ़के सुखदाई, और अगला दिन चढ़िया गरीब नवाज पातशाह जी ने सम्मी पिंड तो चाला मारिया। आन दम दमे की नस डेरा, और श्री दमदमा साहेब महाराज राय साबो की तलवंडी विच गरीब नवाज पातशाह जी आण पहुंचे। डल्ला मिलियो आन तिस बेरा, अगे गुरु पातशाह जी दा आनिन सेवक डल्ला चौधरी महाराज जी नू मिलिया। वंदन करी चरण अरबिंद, गुरु पातशाह दे सोहने पवित्र चरणा कमलां ते ने वंदना कीती मथा टेकिया। बैठ निकट तह नर मिल ब्रिंद, और सतगुरु सच्ची पातशाह जी दे चरणा विच बैठ के गरीब नवाज जी दे दर्शन कीते। दयाल दास सकटा पर जोए, दयाल दास सकटा पर जोए, उधर पुछो पिंड दा रहण वाला दयाल दास भाई भगतू दी वंश विचों, उहने गड्डे भरे होए ने लंगर दे पिछे पिछे लई जांदा सी। पिछे आप जी ने सुनिया कि पुछो पिंड आए महाराज जी ने इहदा लंगर नहीं प्रवान कीता। राम सिंह ने आख्या भी गड्डे ते लद के लई चल, जदों साहब दे प्रसन्न होणगे ते उदों लै लैणगे तेरा लंगर। ये ज्यों चलिया पुछो तो महाराज जी भाई के चक तो सारे पासे हुंदे बठिंडे दा किला वेख के दमदमा साहब आ गए। इहने गड्डे ते लंगर लद्दिया होया, नाल नाल ही पिछे पिछे टुरिया आउंदा। ਹਾਂਜੀ, ਸੰਗ ਲਈਏ ਫਿਰ ਲਿਆਇਓ ਸੋਏ, ਇਹ ਨਾਲ ਹੀ ਫਿਰ ਰਿਹਾ ਸੀ ਪਿੱਛੇ ਪਿੱਛੇ, ਤੇ ਉਹ ਗੱਡਾ ਲੱਦ ਕੇ ਸਤਿਗੁਰਾਂ ਦੇ ਪਿੱਛੇ ਪਿੱਛੇ ਨਾਲ ਹੀ ਦਮਦਮਾ ਸਾਹਿਬ ਪਹੁੰਚ ਗਿਆ। ਰਾਮ ਸਿੰਘ ਤਬ ਅਰਜ ਬਖਾਨੀ, ਰਾਮ ਸਿੰਘ ਭਾਈ ਕੇ ਚੱਕ ਦਾ ਰਹਿਣ ਵਾਲਾ ਗੁਰੂ ਸਾਹਿਬ ਦਾ ਅਮਰਧਾਰੀ ਸਿੰਘ ਸੀ। ਇਹ ਵੀ ਭਾਈ ਭਗਤੂ ਦੀ ਵੰਸ਼ ਚੋਂ ਸੀ, ਦਿਆਲ ਦਾਸ ਇਹਦਾ ਚਾਚਾ ਲੱਗਦਾ ਸੀ। ਮਹਾਰਾਜ ਜੀ ਨੇ ਦਿਆਲ ਦਾਸ ਨੂੰ ਕਿਹਾ ਸੀ ਵੀ ਤੂੰ ਅੰਮ੍ਰਿਤ ਛਕ ਲੈ, ਤੇ ਛਕਦਾ ਨਹੀਂ ਸੀ। ਮਹਾਰਾਜ ਜੀ ਇਹਦੇ ਤੋਂ ਬੇਰੁੱਖ ਹੋ ਗਏ ਸਨ। ਇਹਨੂੰ ਬੁਲਾਉਣ ਮਹਾਰਾਜ ਜੀ ਕਹਿੰਦੇ, ਜਦੋਂ ਇਹਨੇ ਆਉਣਾ ਮਹਾਰਾਜ ਕਹਿੰਦੇ, ਉਹ ਆਉਂਦਾ ਭਗਤੂ ਦਾ ਮਸੰਦ, ਭਗਤੂ ਦਾ ਮਸੰਦ ਕਹਿ ਕੇ ਇਹਨੂੰ ਸੱਦਿਆ ਕਰਦੇ। ਮਹਾਰਾਜ ਜੀ ਪਹਿਲਾਂ ਨੂੰ ਦਿਆਲ ਸਿੰਘ ਬਣਾਉਣਾ ਚਾਹੁੰਦੇ ਸੀ। ਖੈਰ, ਹੁਣ ਇਹਨੇ ਵੇਖਿਆ ਵੀ ਪੁੱਛੋ 'ਚ ਸਤਿਗੁਰੂ ਜੀ ਸਾਡੇ ਘਰ ਵੀ ਨਹੀਂ ਉਤਰੇ, ਲੰਗਰ ਇਹਨੇ ਘਰ ਤਿਆਰ ਕੀਤਾ, ਸਤਿਗੁਰੂ ਗਏ ਨਹੀਂ ਇਹਦੇ ਘਰ, ਬਾਹਰ ਇੱਕ ਝਿੜੀ ਵਿੱਚ ਉਤਾਰਾ ਕੀਤਾ ਅਤੇ ਚਲੇ ਗਏ। ਹੁਣ ਇਹ ਪਿੱਛੇ ਪਿੱਛੇ ਗੱਡਾ ਲੱਦਿਆ, ਦਮਦਮਾ ਸਾਹਿਬ ਪਹੁੰਚ ਗਿਆ, ਲੰਗਰ ਦਾ ਲੱਦਿਆ ਉਸੇ ਤਰ੍ਹਾਂ ਹੀ, ਪੰਜ ਚਾਰ ਦਿਨਾਂ ਦਾ ਬਣਿਆ ਲੰਗਰ ਸੀ ਉੱਦਾਂ ਹੀ ਲੱਦਿਆ ਹੋਇਆ। ਇਹਨੇ ਖੋਲ੍ਹ ਕੇ ਵੇਖਿਆ ਵੀ ਨਹੀਂ, ਲੱਦਿਆ ਲਦਾਇਆ ਲੈ ਕੇ ਪਿੱਛੇ ਪਿੱਛੇ ਦਮਦਮਾ ਸਾਹਿਬ ਆ ਗਿਆ। ਅਤੇ ਰਾਮ ਸਿੰਘ ਨੇ ਵੇਖਿਆ ਵੀ ਮੇਰਾ ਚਾਚਾ ਬੜਾ ਪਰੇਸ਼ਾਨ ਹੈ ਦਿਆਲ ਦਾਸ। ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਰਾਮ ਸਿੰਘ ਬੇਨਤੀ ਕਰਨ ਲੱਗਾ, ਬਖਸ਼ੋ ਪ੍ਰਭੂ ਆਪ ਨੋ ਜਾਨੀ, ਮਹਾਰਾਜ ਜੀ ਇਹ ਦਿਆਲ ਦਾਸ ਵੀ ਤੁਹਾਡਾ ਹੀ ਹੈ ਪਾਤਸ਼ਾਹ, ਇਹ ਭਾਈ ਕੇ ਹੈ ਮਹਾਰਾਜ, ਭਾਈ ਭਗਤੂ ਦੀ ਅੰਸ਼ ਵੰਸ਼ ਚੋਂ ਹੈ, ਕਿਰਪਾ ਕਰੋ ਮਹਾਰਾਜ, ਭਾਈ ਭਗਤੂ ਦਾ ਜਾਣ ਕੇ ਇਹਨੂੰ ਬਖਸ਼ ਲਓ। ਆਦ ਤਿਹਾਵਲ ਅਦਕ ਅਹਾਰਾ, ਮਹਾਰਾਜ ਇਹ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਲੱਦੀ ਹੋਈ ਇਹਨੇ ਗੱਡੇ ਦੇ ਉੱਤੇ, ਹੋਰ ਰਸਤਾ ਲੱਦੀਆਂ ਹੋਈਆਂ ਨੇ। ਲੀਏ ਬਠਿੰਡੇ ਸਕਟ ਪਧਾਰਾ, ਮਹਾਰਾਜ ਇਹ ਦੇਗ ਬਣਾ ਕੇ ਤਾਂ ਉੱਤੇ ਲੱਦ ਕੇ ਵੱਡੇ ਭਾਂਡਿਆਂ ਵਿੱਚ ਪਾ ਕੇ ਤੇ ਗੱਡੇ ਦੇ ਉੱਤੇ ਲੱਦਿਆਂ ਲੱਦਿਆਂ ਮਹਾਰਾਜ ਬਠਿੰਡੇ ਤੋਂ ਹੁੰਦਾ ਇੱਥੇ ਤੁਹਾਡੇ ਤੱਕ ਆਇਆ ਨਾਲ ਨਾਲ। ਦਿਆਲ ਦਾਸ ਤਬ ਚਰਣੀ ਪਰਿਓ, ਇਹਨੇ ਨੂੰ ਦਿਆਲ ਦਾਸ ਵੀ ਮਹਾਰਾਜ ਜੀ ਦੇ ਚਰਨਾਂ 'ਤੇ ਜਿਵੇਂ ਡੰਡਾ ਡਿੱਗਦਾ ਨਾ, ਏਦਾਂ ਕਲਗੀਧਰ ਜੀ ਦੇ ਚਰਨਾਂ 'ਤੇ ਡਿੱਗਾ। ਹੱਥ ਜੋੜ ਕਰ ਆਗੈ ਥਿਰਿਓ, ਹੱਥ ਜੋੜ ਕੇ ਸਿਰ ਨੀਵਾਂ ਜਿਹਾ ਕਰਕੇ ਮਹਾਰਾਜ ਜੀ ਦੇ ਸਨਮੁਖ ਭਾਈ ਦਿਆਲ ਦਾਸ ਜੀ ਖੜੇ ਹਨ। ਦੇਖ ਕਿਰਪਾਲ ਕਹਿਓ ਥਿਰ ਥਵਿਓ, ਸਤਿਗੁਰੂ ਜੀ ਬੜੇ ਕਿਰਪਾਲੂ ਨੇ, ਰੀਝ ਪੈਂਦੇ ਹੈ। ਪਾਤਸ਼ਾਹ ਦਇਆ ਦੇ ਘਰ ਵਿੱਚ ਆ ਕੇ ਇਹਦੇ ਵੱਲ ਵੇਖਿਆ ਤੇ ਬੋਲੇ, ਕਹਿਣ ਲੱਗੇ, ਹਾਂ ਭਾਈ ਖੜਾ ਸਾਹਮਣੇ। ਭਗਤੂ ਕੁੱਲ ਮਸੰਦ ਇਹ ਭਇਓ, ਮਹਾਰਾਜ ਜੀ ਕਹਿੰਦੇ ਭਗਤੂ ਦੀ ਕੁੱਲ ਦਾ ਮਸੰਦ ਹੈ ਤੂੰ, ਸਾਹਮਣੇ ਖੜਾ ਵੇਖ, ਕਹਿੰਦੇ ਖੜਾ ਸਾਡੇ ਸਾਹਮਣੇ, ਅਸੀਂ ਤੈਨੂੰ ਸਿੰਘ ਬਣਾਉਣਾ ਸੀ, ਤੂੰ ਮਸੰਦ ਬਣ ਕੇ ਰਾਜੀ ਹੈ।
तू भगती भगतू दी कुल दा मसाला है। हम बख्शियो देव हूं बरताए, जा तेनू बख्शिया, जा बरता लिया के जेडी देग लदी फिरदा गड्डे ते। महाराज कहते लिया बरता दे हुण सारिआं च। पी अरदास गुरु अगवाए, महाराज जी दे सानमुख अरदास होई। जब देखियो भोजन को जाए, जदों जाके वेख्या ना इहदी अरदास होई, बख्शाया ना अपना आप, तनखाह लगी कह सकदे हां इहनूं, बख्शा के फिर जदों गड्डे दे उत्तों जाके उह भोजन जिहड़ा बणिआ देग उह जदों वेखी, परे किरम जिस मह समदाए, उहनूं 5-6 दिनां दा बणिआ, नाल नाल गर्मियां दे दिन सी, ਉਹਦੇ 'ਚ ਕੀੜੇ ਪੈ ਚੁੱਕੇ ਸਨ, ਕਿਰਮ, ਉਹ ਕਿਰਮ ਪੈ ਗਿਆ ਦੇਗ ਦੇ ਵਿੱਚ ਵੀ, ਤੇ ਜਿਹੜਾ ਹੋਰ ਲੰਗਰ ਪੱਕਿਆ ਉਹਦੇ ਵਿੱਚ ਵੀ। ਆਨ ਗੁਰੂ ਟਿਗ ਅਰਜ ਸੁਣਾਈ, ਸਤਿਗੁਰਾਂ ਦੇ ਕੋਲ ਆ ਕੇ ਇਹਨੇ ਬੇਨਤੀ ਕੀਤੀ, ਖੈਬੇ ਲਾਇਕ ਨਹੀਂ ਗੁਸਾਈ, ਇਹ ਜਗਤ ਪਾਤਸ਼ਾਹ ਹੁਣ ਉਹ ਦੇਗ ਛਕਣ ਦੇ ਲਾਇਕ ਨਹੀਂ ਰਹੀ, ਉਹ ਛਕਣ ਦੇ ਯੋਗ ਨਹੀਂ। ਬਿਤੇ ਦਿਵਸ ਬਹੁ ਕਿਰਮ ਪਰੇ ਹੈ, ਮਹਾਰਾਜ ਕਈ ਦਿਨ ਬੀਤ ਗਏ ਨੇ ਬਣੀ ਹੋਈ ਨੂੰ, ਤੇ ਉਹਦੇ ਚ ਕਿਰਮ ਪੈ ਗਏ ਨੇ, ਫਿਰ ਉਹ ਸੰਗ ਵਿੱਚ ਸਕਟ ਧਰੇ ਹੈ। ਮਹਾਰਾਜ ਗੱਡੇ ਦੇ ਉੱਤੇ ਧਰ ਕੇ ਮੈਂ ਕਈ ਦਿਨ ਹੋ ਗਏ ਨੇ ਨਾਲ ਨਾਲ ਫਿਰਦਾ। ਸੁਣ ਪ੍ਰਭ ਕਹਿਓ ਹਮੇ ਦਿਖਰਾਵੋ, ਮਹਾਰਾਜ ਜੀ ਕਹਿੰਦੇ ਲਿਆ ਉਹਦੇ ਚ ਥੋੜੀ ਜਿਹੀ ਬੁੱਕ ਭਰ ਕੇ ਤੇ ਸਾਨੂੰ ਵਿਖਾ, ਅਸੀਂ ਵੇਖੀਏ। ਪਿੱਛੇ ਤੇ ਸਭ ਮੈਂ ਵਰਤਾਵੋ, ਪਹਿਲਾਂ ਸਾਨੂੰ ਵਿਖਾ, ਅਸੀਂ ਛਕਦੇ ਹਾਂ, ਬਾਅਦ ਜੀ ਸਾਰਿਆਂ ਚ ਵਰਤਾ ਦੇ। ਪਾਤਸ਼ਾਹ ਇੱਦਾਂ ਬੋਲੇ, ਕੇਤਕ ਲਿਆਇਓ ਗੁਰੂ ਅਗਾਰੀ, ਇਹ ਥੋੜੀ ਜਿਹੀ ਦੇਗ ਉਹਦੇ ਵਿੱਚੋਂ ਲੈ ਕੇ ਸਤਿਗੁਰਾਂ ਕੋਲ ਆਇਆ। ਲੈ ਨਿਜ ਹੱਥ ਨੇ ਗੁਲਕਾ ਧਾਰੀ, ਮਹਾਰਾਜ ਜੀ ਨੇ ਲੈ ਕੇ ਨਾ ਦੇਗ, ਜਿਵੇਂ ਗੋਲੀ ਵੱਟੀ ਦੀ ਹੈ ਦੇਗ ਦੀ, ਉਹ ਗੋਲੀ ਵੱਟ ਕੇ ਮਹਾਰਾਜ ਜੀ ਨੇ ਕਰਤਲ ਪਰ ਵੱਟੀ ਗੁਰ ਕਰੀ, ਏਦਾਂ ਏਦਾਂ ਕਰਦੀ ਹੱਥ ਤਲੀ ਤੇ ਰੱਖ ਕੇ ਨਾ ਏਦਾਂ ਗੋਲ ਗੋਲ ਮਹਾਰਾਜ ਜੀ ਉਹ ਦੇਗ ਦੀ ਜਿਹੜੀ ਗੋਲੀ ਆ ਉਹ ਵੱਟਦੇ ਹਨ। ਦੇਗ ਭਗਤ ਕੀ ਪੂਰਨ ਪਰੀ, ਔਰ ਪਾਤਸ਼ਾਹ ਨੇ ਆਪਣੇ ਮੁਖ ਚ ਪਾ ਲਈ ਤੇ ਇਹਦੀ ਭਾਵਨਾ ਦਿਆਲ ਦਾਸ ਦੀ ਪੂਰਨ ਕਰ ਦਿੱਤੀ। ਪੁਨ ਵਰਤਾਵਨ ਹਾਰ ਨਿਹਾਰਾ, ਹੁਣ ਉਹ ਜਿਹੜਾ ਦੇਗ ਵਰਤਾਉਣ ਵਾਲਾ ਸੀ ਜਦੋਂ ਇਹਨੂੰ ਸਤਿਗੁਰਾਂ ਨੇ ਛਕ ਲਈ, ਉਧਰ ਦੇਗ ਵਰਤਾਉਣ ਵਾਲੇ ਨੇ ਜਦੋਂ ਦੇਗ ਦੇ ਉੱਤੋਂ ਢੱਕਣ ਲਾ ਕੇ ਵੇਖਿਆ, ਸੁਧ ਆਹਾਰ ਭਇਓ ਇੱਕ ਬਾਰਾ, ਕਹਿੰਦੇ ਏਦਾਂ ਜਾਪਦਾ ਵੀ ਜਿਵੇਂ ਹੁਣੇ ਤਾਜ਼ੀ ਬਣੀ ਆ, ਬਿਲਕੁਲ ਸ਼ੁੱਧ ਹੋ ਗਈ ਉਹ ਦੇਗ। ਸਤਿਗੁਰਾਂ ਨੂੰ ਨਹੀਂ ਸੀ ਭਾਈ ਤੇ ਕਿਰਮ ਚੱਲ ਗਏ ਨੇ, ਗੁਰੂ ਪਾਤਸ਼ਾਹ ਨੂੰ ਭਾ ਗਈ ਤੇ ਇੱਕਦਮ ਚੜ੍ਹਦੀ ਕਲਾ 'ਚ ਜਿਵੇਂ ਹੁਣੇ ਬਣੀ ਹੈ, ਨਾ ਭਾਈ ਤੇ ਕਿਰਮ, ਗੁੱਝੇ ਭੇਦ ਨੇ ਇਹਨਾਂ ਵਿੱਚ। ਭਾ ਜਾਵੇ ਸਾਹਿਬ ਨੂੰ ਤੇ ਪ੍ਰਵਾਨ ਹੈ, ਨਾ ਭਾਵੇ ਤੇ ਜਿੰਨੀ ਮਰਜ਼ੀ ਘਾਲਣਾ ਹੋਵੇ ਉਹ ਪ੍ਰਵਾਨ ਨਹੀਂ ਹੈ। ਉਹਦੇ 'ਚ ਹੰਕਾਰ ਦੇ ਕਿਰਮ ਚੱਲਦੇ ਨੇ, ਹੈਂਕੜ ਦੇ ਕਿਰਮ ਚੱਲਦੇ ਆ। ਪਾ ਜਾਵੇ ਤਾਂ ਸਤਿਗੁਰੂ ਹਉਮੈ ਕੱਟ ਦਿੰਦੇ ਆ, ਜਿਵੇਂ ਦਿਆਲ ਦਾਸ ਦੀ ਕੱਟੀ ਹੈ। ਉਹ ਦੇਗ ਕਹਿੰਦੇ ਇੱਕਦਮ ਜਿਵੇਂ ਹੁਣੇ ਤਾਜ਼ੀ ਬਣੀ ਹੋਵੇ, ਇੱਦਾਂ ਦਾ ਕਹਿੰਦੇ ਉਹ ਦੇਗ ਦੇ ਵੱਡੇ ਵੱਡੇ ਬਰਟੋਏ ਭਰੇ ਪਏ ਸਨ ਗੱਡਿਆਂ ਉੱਤੇ। ਸਿੰਘਨ ਮੈਂ ਲਗੇ ਉਹ ਵਰਤਾਵਨ, ਸਿੰਘਾਂ ਵਿੱਚ ਉਹ ਦੇਗ ਵਰਤਾਉਣ ਲੱਗੇ। ਬਹੁ ਕਰਾਹੇ ਦੇ ਕਰ ਤ੍ਰਿਪਤਾਵਨ, ਕਹਿੰਦੇ ਕੜਾ ਪ੍ਰਸ਼ਾਦ ਨਾਲ ਸਭ ਨੂੰ ਰਜਾਉਂਦੇ ਨੇ, ਖੁੱਲੀ ਦੇਗ ਤਿਆਰ ਸੀ। ਭਇਓ ਰੋਰ ਤਬ ਲੂਟ ਮਚਾਈ, ਕਹਿੰਦੇ ਰੌਲਾ ਪੈ ਗਿਆ, ਲੁੱਟ ਮੱਚ ਗਈ, ਕਿਉਂਕਿ ਮਹਾਰਾਜ ਜੀ ਅਕਸਰ ਦੇਗ ਬਣਵਾ ਕੇ ਨਾ ਵੱਡੇ ਵੱਡੇ ਕੜਾਹੇ ਰਖਾ ਕੇ ਪਾਸ਼ਾ ਕਹਿੰਦੇ ਲੁੱਟ ਲਓ। ਸਿੰਘਾਂ ਨੂੰ ਜੰਗੀ ਕਰਤੱਬ ਸਿਖਾਉਂਦੇ ਸਨ, ਤੇ ਕਹਿੰਦੇ ਜਿਵੇਂ ਲੁੱਟ ਪੈ ਜਾਂਦੀ ਹੈ ਨਾ, ਸਿੰਘ ਬੁੱਕਾਂ ਭਰ ਭਰ ਕੇ ਆਪੋ ਆਪਣੇ ਬਾਟੇ ਸਰਬ ਲੋਹਦੇ ਹੁੰਦੇ, ਜਿਹਦੇ ਕੋਲ ਬਾਟਾ ਉਹਨੂੰ ਕਾਹਦਾ ਘਾਟਾ। ਤੇ ਨਿਹੰਗਾਂ ਸਿੰਘਾਂ ਤੇ ਬੋਲੇ ਆ ਨਾ, ਉਹ ਬਾਟਾ ਰੱਖਦੇ ਆਪਣੇ ਕਮਰ ਕੱਸੇ 'ਚ, ਬਾਕੀ ਅਸੀਂ ਸਾਡੇ ਵਰਗੇ ਹੁਣ ਉਹ ਜਾ ਕੇ ਵੇਖਦੇ ਰਹਿੰਦੇ ਕਿਤੋਂ ਥਾਲੀ ਮਿਲੇ ਜਾਂ ਬੁੱਕ ਦੇ ਵਿੱਚ। ਉਹ ਕਹਿੰਦੇ ਸਾਡੇ ਕੋਲ ਨਾ ਵੱਡਾ ਬਾਟਾ ਹੁੰਦਾ, 1.5-2 ਕਿਲੋ ਵਿੱਚ ਰਾਸ਼ਨ ਆ ਜਾਂਦਾ। ਉਹ ਕਹਿੰਦੇ ਜਿਹਦੇ ਕੋਲ ਬਾਟਾ ਉਹਨੂੰ ਕਾਹਦਾ ਘਾਟਾ। ਉਹ ਸਿੰਘਾਂ ਨੇ ਜਾ ਕੇ ਕਹਿੰਦੇ ਦੇਗ ਦੇ ਜਿਹੜੇ ਵੱਡੇ ਵੱਡੇ ਬਾਟੇ ਜਿਹਨਾਂ ਕੋਲ ਸੀਗੇ ਉਹ ਭਰ ਕੇ ਲੁੱਟ ਮਾਰ ਕਰਕੇ ਲੈ ਗਏ। ਪਰ ਉਹ ਖਾਲਸਾ ਲੈ ਲੇ ਧਾਈ, ਕਹਿੰਦੇ ਭੱਜ ਭੱਜ ਕੇ ਆਉਂਦੇ ਦੇਗ ਲੁੱਟਣ ਵਾਸਤੇ। ਇਹ ਵੀ ਜੰਗੀ ਕਰਤੱਬ ਸੀ ਕਲਗੀਧਰ ਜੀ ਨੇ ਪੰਥ ਨੂੰ ਸਿਖਾਇਆ। ਆਪੋ ਆਪ ਸਗਰ ਲੈ ਗਏ, ਆਪੋ ਆਪ ਨੂੰ ਵਰਤਾਉਣ ਵਾਲੇ ਨੂੰ ਕਹਿੰਦੇ ਤੂੰ ਪਾਸੇ ਹੋ ਜਾ, ਤੂੰ ਕਿਵੇਂ ਵਰਤਾਨਾ ਕੰਜੂਸੀ ਜੀ ਦੇ ਹੱਥ ਨਾਲ, ਅਸੀਂ ਖੁੱਲੇ ਗੱਫੇ ਲੈਣੇ। ਉਹ ਕਹਿੰਦੇ ਆਪ ਹੀ ਜਦੋਂ ਖੰਡੇ ਦੀ ਪੋਲ ਛਕਾਉਂਦੇ ਸਨ ਪਹਿਲਾਂ, ਹੁਣ ਅੱਜ ਕੱਲ੍ਹ ਥੋੜ੍ਹਾ ਜਿਹਾ ਵਰਤਾਰਾ ਹੋਰ ਹੈ, ਉਨੀਆਂ ਖੁਰਾਕਾਂ ਨਹੀਂ। ਪਹਿਲਾਂ ਵੱਡੇ ਵੱਡੇ ਬਾਟੇ ਭਰ ਕੇ ਨਾ ਪੋਲ ਛਕਾਉਣ ਤੋਂ ਬਾਅਦ ਅੱਗੇ ਰੱਖ ਦਿੰਦੇ, ਸਾਰੇ ਛਕੋ ਜਿੰਨੀ ਛਕਣੀ। ਹੁਣ ਤਾਂ ਹੱਥ ਨਾਲ ਵਰਤਾ ਦਿੰਦੇ ਕਿਉਂਕਿ ਹੁਣ ਛਕਣ ਦੀ ਉਨੀ
ਮਸੀਤ ਸਰੀਰਾਂ ਦੀ ਵੀ ਉਹ ਖੇਡਦੀ ਰਹੀ। ਤੋ ਖੁੱਲ੍ਹੇ ਗੱਫੇ ਜਿਹੜੇ ਸਨ ਉਹ ਸਿੰਘ ਵੱਡੇ ਵੱਡੇ ਬਾਟੇ ਭਰ ਕੇ ਰੱਖਣੇ, ਵਿੱਚ ਹੀ ਪੰਜਾਂ ਪੰਜਾਂ ਦਸਾਂ ਦਸਾਂ ਨੇ ਬਹਿ ਜਾਣਾ। ਜਿੰਨੇ ਅੰਮ੍ਰਿਤਧਾਰੀ ਅੰਮ੍ਰਿਤ ਛਕਣ ਵਾਲੇ ਹੁੰਦੇ ਸੀ ਉਹਨਾਂ ਨੇ ਫਿਰ ਛਕ ਲੈਣੀ ਦੇਗ। ਇਹ ਗੁਰੂ ਸਾਹਿਬ ਦੀ ਚਲਾਈ ਮਰਿਆਦਾ ਸੀ। ਉਹ ਸਿੰਘ ਹੁਣ ਦੋ ਦੋ ਸੇਰ ਖਾਣ ਵਾਲੇ ਕੜਾਹ ਪ੍ਰਸ਼ਾਦ ਦੀ ਦੇਗ, ਦੋ ਦੋ ਸੇਰ ਢਾਈ ਢਾਈ ਸੇਰ ਦੇਗ ਖਾ ਜਾਣ ਵਾਲੇ। ਹੁਣ ਤਾਂ ਅਸੀਂ ਸਵਾਈ ਜੀ ਲੈਂਦੇ ਹਾਂ, ਜੇ ਕਿਤੇ ਕੋਈ ਸਰੀਰ ਦੀ ਸਮੱਸਿਆ ਆ ਜੇ ਡਾਕਟਰ ਕੋਲ ਸਾਡੇ ਵਰਗੇ ਭਾਈ ਚਲੇ ਜਾਣ ਤਾਂ ਉਹ ਕਹਿੰਦੇ ਬਾਬਾ ਜੀ ਕੜਾਹ ਘੱਟ ਖਾਇਆ ਕਰੋ। ਉਹਨਾਂ ਦਾ ਸ਼ਾਇਦ ਇਹ ਮੰਨਣਾ ਹੁੰਦਾ ਵੀ ਸ਼ਾਇਦ ਕੜਾਹ ਪ੍ਰਸ਼ਾਦ ਬਹੁਤ ਖਾਂਦੇ ਆ। ਉਹ ਕਹਿਣ ਤੋਂ ਭਾਵ ਹੁਣ ਤਾਂ ਉਹ ਰਹੀਆਂ ਹੀ ਨਹੀਂ ਖੇਡਾਂ, ਨਾ ਛਕਣ ਵਾਲਿਆਂ ਦੇ ਵਿੱਚ ਰਹੀਆਂ ਨੇ ਨਾ ਛਕਾਉਣ ਵਾਲਿਆਂ 'ਚ ਉਹ ਭਾਵਨਾਵਾਂ ਰਹੀਆਂ ਹਨ। ਤੋ ਮਹਾਰਾਜ ਜੀ ਨੇ ਉਹ ਜਿਹੜਾ ਵਰਤਾਉਣ ਵਾਲਾ ਉਹ ਕੰਜੂਸੀ ਨਾਲ ਵਰਤਾਉਂਦਾ ਸੀ, ਸਿੰਘਾਂ ਨੇ ਜਾ ਕੇ ਲੁੱਟ ਮਾਰ ਕੀਤੀ, ਖੁੱਲੇ ਖੁੱਲੇ ਗੱਫੇ ਸਾਰਿਆਂ ਨੇ ਲੈ ਲਏ, ਸਤਿਗੁਰ ਹੇਰ ਹੇਰ ਬਿਕਸੇ। ਮਹਾਰਾਜ ਜੀ ਵੇਖ ਵੇਖ ਕੇ ਖੁਸ਼ ਹੁੰਦੇ ਆ ਆਪਣੇ ਸਿੰਘਾਂ ਨੂੰ, ਇਹ ਜੰਗੀ ਕਰਤੱਬ ਕਰਦਿਆਂ ਵੇਖ ਕੇ ਪਾਤਸ਼ਾਹ ਪ੍ਰਸੰਨ ਹੁੰਦੇ ਨੇ। ਕਿਤਕ ਦੇਰ ਪਿੱਛੇ ਸਿੱਖ ਆਏ, ਕਹਿੰਦੇ ਜਦੋਂ ਦੇਗ ਵਰਤ ਗਈ ਕੁਝ ਸਮੇਂ ਬਾਅਦ ਕੁਝ ਸਿੰਘ ਮਹਾਰਾਜ ਜੀ ਕੋਲ ਆਏ, ਉਤੇ ਪੰਜ ਦਸ ਨਹਿ ਕੁਛ ਖਾਏ। ਪੰਜ ਦਸ ਯਾਨੀ ਕਿ 15 ਕੁ ਸਿੰਘ ਰਹਿ ਗਏ, 15-20 ਸਿੰਘ ਉਹਨਾਂ ਨੂੰ ਨਹੀਂ ਮਿਲੀ, ਬਾਕੀ ਜਿਹਨਾਂ ਜਿਹਨਾਂ ਦੇ ਹੱਥੀ ਲੱਗੀ ਦੇਗ ਉਹ ਲੈ ਗਏ। ਇਹ ਜਿਹੜੇ 15 ਕੁ ਸਿੰਘ ਰਹਿ ਗਏ ਇਹਨਾਂ ਦੇ ਹੱਥ 'ਚ ਦੇਗ ਨਹੀਂ ਲੱਗੀ। ਬਿਖ ਗੁਰ ਕਹਿਓ ਜਾਹੋ ਇਸ ਕਾਲਾ, ਮਹਾਰਾਜ ਜੀ ਨੂੰ ਕਹਿੰਦੇ ਪਾਤਸ਼ਾਹ ਸਾਨੂੰ ਨਹੀਂ ਮਿਲਿਆ ਵਰਤਾਰਾ, ਅਸੀਂ ਰਹਿ ਗਏ। ਪਾਤਸ਼ਾਹ ਕਹਿੰਦੇ ਜਾਓ ਭਾਈ ਇਸ ਵਕਤ ਦਿਆਲ ਦਾਸ ਕੋਲ, ਦਿਆਲ ਦਾਸ ਕੋ ਗਹਿ ਲਿਓ ਪਾਲਾ, ਜਾ ਕੇ ਦਿਆਲ ਦਾਸ ਦਾ ਪੱਲਾ ਫੜ ਕੇ ਖਿੱਚੋ, ਉਹਨੂੰ ਆਖੋ ਸਾਡੀ ਦੇਗ ਦੇ, ਸਾਰਿਆਂ ਨੂੰ ਵਰਤਾ ਦਿੱਤੀ ਅਸੀਂ ਰਹਿ ਗਏ, ਜਾ ਕੇ ਉਹਦਾ ਪੱਲਾ ਖਿੱਚੋ ਦਿਆਲ ਦਾਸ ਦਾ, ਭਗਤੂ ਕੇ ਮਸੰਦ ਦਾ। ਗਏ ਕਹੈ ਇਹੋ ਦੇਗ ਹਮਾਰੀ, ਇਹ 15 ਸਿੰਘ ਗਏ ਤੇ ਦਿਆਲ ਦਾਸ ਬੈਠਾ ਸੀ, ਜਾ ਕੇ ਇਹਨਾਂ ਨੇ ਦਿਆਲ ਦਾਸ ਦਾ ਪੱਲਾ ਜਾ ਖਿੱਚਿਆ, ਦਿਆਲ ਦਾਸ ਜੀ ਸਾਡਾ ਵਰਤਾਰਾ, ਅਸੀਂ ਰਹਿ ਗਏ 15 ਜਣੇ, ਬਾਕੀ ਤਾਂ ਸਾਰੇ ਛੱਕ ਗਏ ਨੇ, ਸਾਡਾ ਵਰਤਾਰਾ ਰਹਿ ਗਿਆ। ਇੱਦਾਂ ਜਾ ਕੇ ਫੜਿਆ ਗੌਰੇ ਸੁੱਤ ਤਬ ਛਾਪ ਉਤਾਰੀ, ਤੇ ਅੱਗੋਂ ਗੌਰੇ ਦੇ ਪੁੱਤ ਭਾਈ ਦਿਆਲ ਦਾਸ ਨੇ ਆਪਣੇ ਹੱਥ 'ਚ ਮੁੰਦਰੀ ਪਾਈ ਹੋਈ ਸੋਨੇ ਦੀ, ਉਹ ਲਾ ਕੇ ਉਸੇ ਵੇਲੇ। ਇਹ ਵੀ ਵੇਖੋ ਭਾਵਨਾ ਵੀ ਜੇ ਰਹਿ ਗਏ ਨੇ, ਉਹ ਮੁੰਦਰੀ ਪਾਈ, ਉਹ ਹੋਰ ਪੈਸੇ ਨਹੀਂ ਸੀ ਜਾਣ ਜੇਬ 'ਚੋਂ, ਮੁੰਦਰੀ ਸੀ ਹੱਥ 'ਚ ਪਾਈ ਹੋਈ, ਉਹ ਲਾ ਕੇ ਉਸੇ ਵਕਤ ਤਿੰਨ ਕੋ ਦਈ ਮੋਲ ਲੈ ਖਾਵੋ। ਕਹਿੰਦੇ ਲਓ ਮਹਾਰਾਜ ਜੀ ਜਿੰਨੀ ਇਹਦੀ ਰਸਤ ਆਉਂਦੀ ਆ ਮੁੱਲ ਲੈ ਕੇ ਤੁਸੀਂ ਆਪਣੀ ਦੇਗ ਬਣਾ ਕੇ, ਮਹਾਰਾਜ ਤੁਸੀਂ ਵੀ ਛਕੋ, ਤੁਸੀਂ ਕੋਈ ਰਹਿੰਦੇ ਹੋ, ਛਕਾਉਣ ਵਾਲੇ ਵੀ ਭਾਵਨਾ ਵਾਲੇ ਨੇ ਤੇ ਛਕਣ ਵਾਲੇ ਵੀ ਭਾਵਨਾ ਵਾਲੇ ਨੇ, ਛਕਾਉਣ ਵਾਲੇ ਨੇ ਉਸੇ ਵੇਲੇ ਮੁੰਦਰੀ ਲਾ ਕੇ ਦੇ ਦਿੱਤੀ, ਲਓ ਮਹਾਰਾਜ ਛਕੋ, ਤੁਸੀਂ ਕਿਉਂ ਰਹਿੰਦੇ ਹੋ, ਇਹ ਮੁੰਦਰੀ ਦੀ ਜਿੰਨੀ ਮਾਇਆ ਆਉਂਦੀ ਹੈ ਇਹਨੂੰ ਵੇਚ ਕੇ ਰਸਤ ਬਸ ਲੈ ਕੇ ਤੁਸੀਂ ਵੀ ਦੇਗ ਤਿਆਰ ਕਰ ਲਓ। ਦੇਗ ਵਿਖੇ ਕੁਛ ਭੰਗ ਨਾ ਪਾਵੋ, ਹਾਂ ਲੰਗਰ ਵਿੱਚ ਨਹੀਂ ਵਿਘਨ ਪੈਣਾ ਚਾਹੀਦਾ, ਜੇ ਘਟਿਆ ਕਿਉਂ ਹੈ ਇਹ ਨਹੀਂ ਘਟਣਾ ਚਾਹੀਦਾ। ਇੱਕ ਤੁਰੰਗਮ ਇੱਕ ਦੁਸ਼ਾਲਾ, ਉਸੇ ਵਕਤ ਦਿਆਲ ਦਾਸ ਜੀ ਨੇ ਇੱਕ ਸੋਹਣਾ ਜਿਹਾ ਘੋੜਾ ਤੇ ਇੱਕ ਬੜਾ ਕੀਮਤੀ ਦੁਸ਼ਾਲਾ, ਦਿਆਲ ਦਾਸ ਦੀਨਸ ਤਿਸ ਕਾਲਾ, ਦਿਆਲ ਦਾਸ ਜੀ ਨੇ ਮਹਾਰਾਜ ਜੀ ਦੇ ਚਰਨਾਂ ਚ ਅਰਪਣ ਕੀਤਾ, ਬਖਸ਼ ਮਿਲਾਇਓ ਸੰਗਤ ਮਾਹੀ, ਏਦਾਂ ਸਤਿਗੁਰੂ ਜੀ ਨੇ ਦਿਆਲ ਦਾਸ ਨੂੰ ਬਖਸ਼ ਕੇ ਸੰਗਤ ਵਿੱਚ ਮਿਲਾ ਦਿੱਤਾ, ਸੰਗਤ ਦੇ ਨਾਲ ਮਿਲਾ ਦਿੱਤਾ, ਨਹੀਂ ਤਾਂ ਪਹਿਲਾਂ ਸੰਗਤ ਨਾਲੋਂ ਵੱਖਰਾ ਕੀਤਾ ਹੋਇਆ ਸੀ। ਮਹਾਰਾਜ ਜੀ ਨੇ ਮੁੜ ਸੰਗਤ ਵਿੱਚ ਮਿਲਾ ਲਿਆ, ਰਹਿਓ ਸੰਗ ਸੇਵਾ ਕਰ ਪਾਹੀ, ਫਿਰ ਸਤਿਗੁਰਾਂ ਦੇ ਪਾਸ ਜਿੰਨਾ ਚਿਰ ਮਹਾਰਾਜ ਜੀ ਰਹੇ ਦਮਦਮਾ ਸਾਹਿਬ, ਇਹ ਸਤਿਗੁਰਾਂ ਦੇ ਚਰਨਾਂ 'ਚ ਰਹਿੰਦਾ ਰਿਹਾ, ਮਹਾਰਾਜ ਜੀ ਦੇ ਦਰਸ਼ਨ ਕਰਦਾ ਰਿਹਾ, ਕਰ ਨਰ ਦਰਸ਼ਨ ਸਦਨ ਸਿਧਾਰੇ, ਔਰ ਮਹਾਰਾਜ ਜੀ ਦੇ ਦਰਸ਼ਨ ਕਰ ਕਰਕੇ ਘਰਾਂ ਨੂੰ ਜਾਂਦੇ ਹਨ, ਖਾਨ ਪਾਨ ਸੈਨਾ ਕਰ ਸਾਰੇ, ਲੰਗਰ ਪ੍ਰਸ਼ਾਦਾ ਸਾਰੀ ਸੈਨਾ ਨੇ ਛਕਿਆ, ਫਿਰ ਹੋਇਆ ਕੇਤਕ ਦਿਵਸ ਬਿਤਾਏ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੁਝ ਦਿਨ ਹੋਰ ਬਤੀਤ ਕੀਤੇ, ਗੁਰਹਿ ਕਾਮ ਸਿੱਖ ਸੰਗਤ ਆਏ, ਬਹੁਤ ਸਾਰੀਆਂ ਸਿੱਖ ਸੰਗਤਾਂ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਸ੍ਰੀ ਦਮਦਮਾ ਸਾਹਿਬ ਆਉਂਦੀਆਂ ਨੇ, ਦਰਸ਼ਨ ਕਰਕੇ ਆਪੋ ਆਪਣੀਆਂ ਕਾਮਨਾਵਾਂ ਦੀ ਪੂਰਤੀ ਕਰਦੇ ਨੇ ਗੁਰਸਿੱਖ। ਇੱਕ ਦਿਨ ਡੱਲੇ ਕੋਲੇ ਸੰਗ, ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਡੱਲੇ ਚੌਧਰੀ ਨੂੰ ਆਪਣੇ ਨਾਲ ਲਿਆ। ਕਈ ਦਿਨ ਮਹਾਰਾਜ ਤਕਰੀਬਨ 9 ਮਹੀਨੇ ਤੋਂ ਵੱਧ ਸਮਾਂ ਸਤਿਗੁਰੂ ਜੀ ਰਹੇ ਨੇ ਸ੍ਰੀ ਦਮਦਮਾ ਸਾਹਿਬ, ਲੰਮਾ ਅਰਸਾ ਗੁਰਦੇਵ ਨੇ ਇੱਥੇ ਬਤੀਤ ਕੀਤਾ, ਅਤੇ ਜਿੰਨਾ ਚਿਰ ਰਹੇ ਗੁਰਬਾਣੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕੀਤਾ, 9ਵੇਂ ਪਾਤਸ਼ਾਹ ਜੀ ਦੀ ਬਾਣੀ ਵਿੱਚ ਦਰਜ ਕੀਤੀ, ਔਰ ਪੰਥ ਦੇ ਪ੍ਰਚਾਰ ਪ੍ਰਸਾਰ ਵਾਸਤੇ ਸਿੰਘਾਂ ਨੂੰ ਤਿਆਰ ਬਰ ਤਿਆਰ ਕੀਤਾ।
बाबा दीप सिंह जी वर्गे महान गुरसिख, भाई मनी सिंह जी जैसे महान शहीद गुरु कलगीधर जी के चरणा च इत्थे रह के महाराज जी को महान ब्रह्म ज्ञान की विद्या प्राप्त करते रहे। 48 सिंह पातशाह जी दे पासों कथा सरवण करदे विदेह मुक्त हो गए। तो पातशाह जदों इत्थे वेल दा समा मिलदा ते शिकार ते पातशाह जरूर जांदे। एक दिन महाराज जी डल्ले चौधरी नूं नाल लिया शिकार खेडण लई गए। फेते अखेर के चढ़े तुरंग, शिकार खेडण वास्ते घोड़े ते सवार होके गए। गए दूर मृग देखियो जबै, महाराज जी जदों वाहवा दूर तक गए ते एक हिरन वेख्या फिरदा। सार खर छोर संघारे ओ तबै, महाराज जी ने अपना तिखा तीर चला के उस हिरन दा शिकार खित कीता, उनु मारिया। मारत श्री मुख ते बो हसे, उन हिरन नु मार के ते महाराज जी हसन लग पे, बड़ा हसे, खिड़खड़ा के हसे। ओष्ट बीच दसन दुत लसे, जदो हसदे ने ते बुलियां विच पातशाह दे चिट्टे चिट्टे रंग दे दंद इदां चमकदे ने जिवें बिजली चमकदी होवे, ਜਿਵੇਂ ਹੀਰੇ ਚਮਕਦੇ ਹੋਣ। ਪਿਖ ਡੱਲੇ ਕਰ ਜੋਰ ਅਲਾਏ, ਡੱਲੇ ਚੌਧਰੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਇਸ ਕੋ ਹੱਥ ਕਰ ਕਿਉਂ ਬਖਸਾਏ। ਮਹਾਰਾਜ ਹਿਰਨ ਨੂੰ ਮਾਰ ਕੇ ਆਪ ਜੀ ਹੱਸ ਰਹੇ, ਬੜੀ ਹੈਰਾਨੀ ਵਾਲੀ ਬਾਤ ਹੈ। ਇਹ ਗੁਰਸਿੱਖ ਗੁਰ ਕੇਰ ਅਜਾਨਾ, ਪਾਤਸ਼ਾਹ ਕਹਿਣ ਲੱਗੇ ਭਾਈ ਡੱਲਾ ਜੀ ਇਹ ਸਾਡਾ ਖਜ਼ਾਨਚੀ ਸੀ, ਸਾਡੇ ਘਰ ਦਾ ਇਹ ਸਾਡਾ ਖਜ਼ਾਨਚੀ ਸੀ ਤੇ ਖਜ਼ਾਨਾ ਸਾਂਭਦਾ ਸੀ। ਰਹੇ ਉਹ ਚੁਰਾਵਤ ਦਰਬ ਮਹਾਨਾ, ਖਜ਼ਾਨਚੀ ਸੀ ਤੇ ਵਿੱਚੋਂ ਪੈਸੇ ਚੋਰੀ ਕਰਦਾ ਸੀ ਗੁਰੂ ਦੇ ਖਜ਼ਾਨੇ ਦੇ। ਅਧਿਕ ਖਰਾਬ ਕਰਿਓ ਅਰ ਖਾਇਓ, ਉਹ ਤਾਂ ਪੈਸਾ ਇਹਨੇ ਖਰਾਬ ਕੀਤਾ ਤੇ ਨਾਲੇ ਅਜਾਈ ਖਾਧਾ। ਤਿਸ ਅੱਗ ਤੇ ਇਹ ਮ੍ਰਿਗ ਤਨ ਪਾਇਓ, ਉਸ ਪਾਪ ਕਰਕੇ ਇਹਨੂੰ ਹਿਰਨ ਦਾ ਸਰੀਰ ਮਿਲਿਆ। ਸੁਣ ਡੱਲਾ ਬੈਰਾੜ ਵਿਚਾਰਾ, ਸੁਣ ਕੇ ਭਾਈ ਡੱਲੇ ਨੇ ਵਿਚਾਰ ਕੀਤੀ। ਲੈ ਪਰ ਹੰਸ ਕਿਸੇ ਪ੍ਰਕਾਰਾ, ਕਿ ਪਰਾਏ ਦੀ ਅੰਸ ਅਗਰ ਕਿਸੇ ਵੀ ਪ੍ਰਕਾਰ ਨਾਲ ਕੋਈ ਲੈਂਦਾ, ਬਗਾਨੀ ਅੰਸ ਨੂੰ ਕੋਈ ਲੈਂਦਾ, ਤਿਸ ਕੋ ਆਮਿਖ ਕਾਟਿਓ ਜਾਏ, ਉਹਦਾ ਮਾਸ ਇਸੇ ਤਰ੍ਹਾਂ ਹੀ ਕੱਟਿਆ ਜਾਂਦਾ, ਉਹਨੂੰ ਮਾਸ ਕਟਾ ਕੇ ਆਪਣਾ ਉਹ ਜਿਹੜਾ ਰਿਣ ਦੇਣਾ ਪੈਂਦਾ ਕਿਸੇ ਜੂਨੀ ਚ ਪੈ ਕੇ। ਇਨ ਕੁੱਠੈ ਰਿੰਧੈ ਅਰ ਖਾਏ, ਕਹਿੰਦੇ ਉਹਨੂੰ ਕੋਹਿਆ ਜਾਂਦਾ, ਰਿੰਨਿਆ ਜਾਂਦਾ, ਖਾਧਾ ਜਾਂਦਾ, ਜਿਹੜਾ ਕਿਸੇ ਦਾ ਪਰਾਇਆ ਹੱਕ ਖਾ ਕੇ ਜੀਵਨ ਬਤੀਤ ਕਰਦਾ ਉਹਨੂੰ ਇਹੋ ਜਿਹੀ ਜੂਨੀ ਮਿਲਦੀ, ਮਾਸ ਉਹਨੂੰ ਖਵਾਉਣਾ ਪੈਂਦਾ ਆਪਣਾ। ਜੇ ਨਰ ਪਰ ਕੀ ਅੰਸ਼ ਚੁਰਾਵਾ, ਜਿਹੜੇ ਬੰਦੇ ਕਿਸੇ ਪਰਾਏ ਦੀ ਅੰਸ਼ ਚੁਰਾਈ ਚੋਰੀ ਕਰਦੇ ਨੇ, ਕਹਿ ਬਲ ਤੇ ਛੀਨੈ ਹਰ ਖਾਵੈ, ਜਾਂ ਕਿਸੇ ਬਲ ਨਾਲ ਖੋਂਦੇ ਤੇ ਖੁਸ਼ ਹੁੰਦੇ ਨੇ। ਮ੍ਰਿਗ ਬੱਕਰੇ ਆਦਿਕ ਤਨ ਧਰੈ, ਤਕਰੀਬਨ ਬਹੁਤੇ ਜਿਹੜੇ ਇਹੋ ਜਿਹੇ ਲੋਕ ਨੇ ਉਹ ਬੱਕਰੇ ਹਿਰਨ ਜਿਹੜੀਆਂ ਮਾਸ ਜਿਨ੍ਹਾਂ ਦਾ ਮਾਸ ਖਾਧਾ ਜਾਂਦਾ ਹੈ ਉਹ ਇਹੋ ਜਿਹੀਆਂ ਜੂਨੀਆਂ ਵਿੱਚ ਪੈਂਦੇ ਹਨ। ਲੈਣ ਹਾਰ ਇਨ ਭਖਣ ਕਰੈ, ਜਿਨ੍ਹਾਂ ਦਾ ਇਹਨਾਂ ਨੇ ਪੈਸਾ ਖਾਧਾ ਹੁੰਦਾ ਹੈ ਉਹ ਫਿਰ ਇਹਨਾਂ ਦਾ ਮਾਸ ਜਿਹੜਾ ਉਹ ਖਾਂਦੇ ਹਨ। ਸਵਾਮੀ ਅੰਸ਼ ਚੁਰਾਵੈ ਜੇਈ, ਤੇ ਜਿਹੜੇ ਆਪਣੇ ਸਵਾਮੀ ਦਾ ਆਪਣੇ ਮਾਲਕ ਦਾ ਪੈਸਾ ਚੋਰੀ ਕਰਦੇ ਨੇ, ਇਸੀ ਦਸ਼ਾ ਦੁੱਖ ਪਾਵੈ ਤੇ, ਉਹ ਇਸੇ ਦਸ਼ਾ ਦੇ ਨਾਲ ਦੁੱਖ ਪਾਉਂਦਾ ਹੈ। ਹਮ ਤਬ ਵਰਜ ਰਹੇ ਹੋ ਨਹਿ ਮਾਨੇ, ਕਲਗੀਧਰ ਪਾਤਸ਼ਾਹ ਕਹਿੰਦੇ ਅਸੀਂ ਇਹਨੂੰ ਰੋਕਦੇ ਰਹੇ ਸੀ, ਖਜ਼ਾਨਚੀਆ ਜਿੰਨੀ ਲੋੜ ਹੈ ਦੱਸ ਕੇ ਲੈ ਲਿਆ ਕਰ, ਪਰ ਇਹ ਖਰਾਬ ਕਰਦਾ ਸੀ ਗੁਰੂ ਘਰ ਦਾ ਪੈਸਾ, ਖਜ਼ਾਨੇ ਦਾ ਨਾਲੇ ਚੋਰੀ ਕਰਨਾ। ਮਹਾਰਾਜ ਜੀ ਕਹਿੰਦੇ ਅਸੀਂ ਇਹਨੂੰ ਵਰਗਦੇ ਰਹੇ, ਨਹੀਂ ਮੰਨਿਆ, ਜਾਂ ਤੇ ਹੱਸੇ ਬਿਰਤੰਤ ਸੋ ਜਾਣੇ, ਤੇ ਹੁਣ ਅਸੀਂ ਇਹਨੂੰ ਮਾਰਿਆ ਤੇ ਹੁਣ ਸਾਨੂੰ ਤਾਂ ਹਾਸਾ ਆ ਗਿਆ ਵੀ ਉਦੋਂ ਰੋਕਦੇ ਰਹੇ ਤੇ ਘੱਟੋ ਘੱਟ ਇਹਦਾ ਹਿਰਨ ਤਾਂ ਨਾ ਬਣਨਾ ਪੈਂਦਾ ਇਹਨੂੰ, ਪਰ ਚਲੋ ਹੈ ਤਾਂ ਸਾਡਾ ਹੀ ਸੀ ਨਾ। ਮਹਾਰਾਜ ਜੀ ਕਹਿੰਦੇ ਅਸੀਂ ਤਾਂ ਇਹਨੂੰ ਮੁਕਤ ਕੀਤਾ। ਇਹੋ ਜੇ ਦਿਆਲੂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ, ਇਮ ਕਹਿ ਦੂਰ ਦਮਦਮਾ ਰਹੇ ਹੋ, ਇੱਦਾਂ ਬਚਨ ਕਰਦੇ ਆਉਂਦੇ ਤੇ ਦਮਦਮਾ ਸਾਹਿਬ ਕੁਝ ਦੂਰੀ ਤੇ ਰਹਿ ਗਿਆ। ਤੋ ਗਰੀਬ ਨਵਾਜ ਜੀ ਪਾਤਸ਼ਾਹ ਜੰਗਲ ਦੇ ਇਲਾਕੇ ਵਿੱਚ ਕੌਤਕ ਵਰਤਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ। ਵਾਹਿਗੁਰੂ 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 ਵਾਹਿਗੁਰੂ
पुत हे पार ब्रह्म अविनाशी अघनास हे पुरन हे सर्वम पंजन गुणता हे संगी हे निरंकार हे निर्गुण सब टेक हे गोविंद हे गुण निदान सदा विवेक हे अपरंपर हर हरे हपी होवन हार हे संतह कै सदा संग धाराया धार हे ठाकुर हो दासरो निर्गुण गुण नहीं कोए नानक दीज नाम दान कोही है परो आए प्रभ शरणागति कृपा निद दयाल एक अखर हर मन बस्त नानक होत निहार वाहे गुरु नाम जहाज है चढ़े सोतरे पार जो शरदा कर सेवंदे हार उतारण वाहे गुरु नाम जहाज है चढ़े सोतरे पार जो शरदा कर से